ਸੁਨੀਲ ਜਾਖੜ ਹੋਣਾ ਨੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਪੈਂਤੜੇ ਬਦਲੇ ਨੇ ਉਹ ਇੱਕ ਤੇ ਉਹਨਾਂ ਨੇ ਫਰਸਟ੍ਰੇਸ਼ਨ ਬੜੀ ਜ਼ਾਹਰ ਕੀਤੀ ਸਮੇਂ-ਸਮੇਂ ਤੇ ਪੰਜਾਬ ਦੀ ਪ੍ਰਮੁੱਖ ਅਖਬਾਰ ਦੇ ਵਿੱਚੋਂ ਇਹ ਐਜ਼ ਇਟ ਇਜ਼ ਲੱਗ ਜਿਹੜੇ ਉਹਨਾਂ ਨੇ ਵਰਤੇ ਨੇ ਪੰਜਾਬ ਸਰਕਾਰ ਤੇ ਭਗਵੰਤ ਮਾਨ ਬਦਲੇ ਕਹਿੰਦੇ ਕਿ ਆਪ ਸਰਕਾਰ ਨੂੰ ਹਕੂਮਤ ਨਹੀਂ ਕਰਨੀ ਆਉਂਦੀ ਤੇ ਨਾ ਹੀ ਇਹਨਾਂ ਦੀ ਲੀਡਰਸ਼ਿਪ ਵਿੱਚ ਇੱਛਾ ਸ਼ਕਤੀ ਪੰਜਾਬ ਦੇ ਇਸ ਵੇਲੇ ਸਰਕਾਰ ਤੋਂ ਵਾਂਝਾ ਹੈ ਤੇ ਭਗਵੰਤ ਮਾਨ ਦੇ ਹੱਥ ਹਕੂਮਤ ਦੀ ਵਾਗਡੋਰੀ ਨਹੀਂ ਉਕੇ ਕਹਿੰਦੇ ਕਿ ਆਪ ਦੀ ਦਿੱਲੀ ਦੀ ਲੀਡਰਸ਼ਿਪ ਪੰਜਾਬ ਨੂੰ ਚਲਾ ਰਹੀ ਹੈ ਤੇ ਇਹ ਲੀਡਰਸ਼ਿਪ ਪੰਜਾਬੀਆਂ ਦੀ ਮੂਲ ਭਾਵਨਾ ਨੂੰ ਸਮਝਣ ਤੋਂ ਸਮਰੱਥ ਹੈ ਪੰਜਾਬ ਦੀ ਹਮੇਸ਼ਾ ਲੜਾਈ ਦਿੱਲੀ ਨਾਲ ਰਹੀ ਪਰ ਪੰਜਾਬੀ ਕਿਸੇ ਬਾਹਰੀ ਲੀਡਰਸ਼ਿਪ ਦੀ ਧੌਂਕ ਨੂੰ ਬਰਦਾਸ਼ਤ ਨਹੀਂ ਕਰਦੇ ਕੋਈ ਵੀ ਕਹੇ ਕਿ ਭਗਵੰਤ ਮਾਨ ਸੂਬੇ ਦੇ ਪੱਖ ਵਿੱਚ ਟੈਟ ਨਹੀਂ ਲੈ ਪੰਜਾਬ ਵਿੱਚ ਜਾਂ ਕੇਂਦਰ ਦੇ ਵਿੱਚ ਜਦੋਂ-ਜਦੋਂ ਵੀ ਕਾਂਗਰਸ ਦਾ ਰਾਜ ਰਿਹਾ ਹੈ ਤਾਂ ਕਾਂਗਰਸ ਸੱਤਾ ਦੇ ਫੋਰਫਰੰਟ ਤੇ ਰਹੀ ਹੈ ਉਸ ਵਿੱਚ ਜਾਖੜ ਪਰਿਵਾਰ ਕਿਸ ਤਰ੍ਹਾਂ ਰਿਹਾ ਸਭ ਨੂੰ ਬ੍ਰਦਰ ਸਿੰਘ ਦੀ ਜਦੋਂ ਕਦੀ ਖੁੱਸਦੀ ਹੈ ਅੰਬਿਕਾ ਸੋਨੀ ਉਹਨਾਂ ਨੇ ਐਸੀ ਪਲਟੀ ਮਾਰੀ ਕਿ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਬੈਠਿਆਂ-ਬੈਠਿਆਂ ਉੱਠਣਾ ਪਿਆ ਜਿਹੜਾ ਉਹ ਕਹਿੰਦੇ ਨੇ ਕਿ ਦਿੱਲੀ ਦੀ ਲੀਡਰਸ਼ਿਪ ਪੰਜਾਬ ਨੂੰ ਚਲਾ ਰਹੀ ਹੈ ਦਿੱਲੀ ਨੂੰ ਤੇ ਪੰਜਾਬ ਹਮੇਸ਼ਾ ਤੋਂ ਚਲਾਉਂਦੀ ਰਹੀ ਇਹ ਭਾਜਪਾ ਦੀ ਲੀਡਰਸ਼ਿਪ ਜਿਹੜੀ ਹੈ ਪੰਜਾਬ ਦੇ ਵਿੱਚ ਕੇਂਦਰੀ ਕੇਂਦਰੀ ਲੀਡਰਸ਼ਿਪ ਉਹ ਦਖਲਅੰਦਾਜ਼ੀ ਨਹੀਂ ਕਰਦੀ ਉਹਨਾਂ ਦੀ ਕਿਸ ਲੈਵਲ ਦੀ ਦਖਲੰਦ ਆਦੀ ਹੈ ਕੀ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਇੱਕ ਪੱਤਾ ਵੀ ਹਿੱਲਦਾ ਰਿਪੋਰਟਸ ਕਹਿੰਦੀਆਂ ਨੇ ਕਿ ਪੰਜਾਬ 3 ਕਰੋੜ ਦੀ ਆਬਾਦੀ ਵਾਲਾ ਸੂਬਾ ਹੈ ਤੇ ਹਰ ਚੌਥਾ ਬੰਦਾ ਪਾਸਪੋਰਟ ਕਿੱਥੇ ਦਰਵਾਜ਼ਾ ਦੇਸ਼ ਭਰ ਦੇ ਵਿੱਚ ਜਿਹੜੇ ਪਾਸਪੋਰਟ ਨੇ ਤਕਰੀਬਨ 9.5 ਕਰੋੜ ਪੂਰੇ ਦੇਸ਼ ਦੇ ਪਾਸਪੋਰਟ ਹੈ ਤੇ ਜੇ ਉਹਦੇ ਵਿੱਚੋਂ 70-75 ਲੱਖ ਜਿਹੜਾ ਇਕੱਲੇ ਪੰਜਾਬ ਤੇ ਤੇ ਤੁਸੀਂ ਅੰਦਾਜ਼ਾ ਲਾ ਲਓ ਛੋਟਾ ਸੂਬਾ ਆਬਾਦੀ ਦੇ لحاظ ਨਾਲ ਵੀ ਸਾਜ ਦੇ ਹਿਸਾਬ ਨਾਲ ਬੜੀ ਹਰਾਨੀ ਦੀ ਗੱਲ ਹੈ ਕਿ ਕੇਰਲਾ ਦੀ ਆਬਾਦੀ ਥੋੜੀ ਜਿਹੀ ਵੱਧ ਹੈ ਪੰਜਾਬ ਤੋਂ 1.5 ਤੋਂ 3 ਕਰੋੜ ਦੇ ਆਸ-ਪਾਸ ਹੋਵੇਗੀ ਤੇ ਉਹ ਵੀ ਤੋ ਟੋ ਕਟ ਜਿਹੜਾ ਹੈ 1 ਕਰੋੜ 12-13 ਲੱਖ ਦੇ ਕਰੀਬ ਪਾਸਪੋਰਟ ਉਹਨਾਂ ਦੇ ਕੋਲ ਨੇ 2017 ਤੋਂ ਬਾਅਦ ਦੇ ਜਿਹੜੇ ਅੰਕੜੇ ਨੇ ਬੜੇ ਇੰਟਰਸਟਿੰਗ ਨੇ ਕਿ ਸਟੱਡੀ ਵੀਜ਼ਾ ਤੇ ਜਾਣ ਵਾਲਿਆਂ ਦਾ ਅੰਕੜਾ ਇੰਨੀ ਤੇਜ਼ੀ ਨਾਲ ਵਧਿਆ ਕਿ 2022 ਦੇ ਨਵੰਬਰ ਤੱਕ 7 ਲੱਖ 40 ਹਜ਼ਾਰ ਪਾਸਪੋਰਟ ਜਿਹੜੇ ਆ 2022 ਚ ਹੀ ਬਣ ਗਏ ਜਿੰੰਦਰ ਜਿਹੜਾ ਤਕਰੀਬਨ 9.5 ਲੱਖ ਪਾਸਪੋਰਟ ਬਣਾ ਕੇ ਪਹਿਲੇ ਨੰਬਰ ਤੇ ਆ ਪੁੱਲ ਦੇ ਵਿੱਚ ਲੁਧਿਆਣਾ ਵਿੱਚ 7.5 ਲੱਖ ਪੁਸ਼ਾਰਪੁਰ ਵਿੱਚ ਸਾਡੇ 5 ਲੱਖ ਸਾਰੇ ਪੰਜਾਬ ਦੇ ਵਿੱਚ ਤਕਰੀਬਨ 5.5 ਲੱਖ ਪਾਸਪੋਰਟ ਹੋ ਜਾ ਜਿਹਨੂੰ ਵੀਜ਼ਾ ਰਿਫਿਊਜ਼ਲ ਤੇ ਜਾਂ ਵੀਜ਼ਾ ਨਾ ਲਕਣ ਤੇ ਜਾਂ ਕਿਸੇ ਹੋਰ ਕਾਰਨ ਕਰਕੇ ਦੁਬਾਰਾ ਰੀਨੂ ਨਹੀਂ ਕੀਤਾ ਗਿਆ ਉਹ ਉਵੇਂ ਪਏ ਸਟੂਡੈਂਟ ਵੀਜ਼ਾ ਜਦ ਕਿ ਸਟੂਡੈਂਟ ਵੀਜ਼ੇ ਨੂੰ ਇਸ ਤਰ੍ਹਾਂ ਨਹੀਂ ਦੇਖਿਆ ਜਾਂਦਾ ਕਿ ਇਹ ਵਿਅਕਤੀ ਜਿਹੜੇ ਵਿਦਿਆਰਥੀ ਨੇ ਇੱਥੇ ਜਾ ਕੇ ਪੱਕੇ ਹੋ ਜਾਣਗੇ ਸਾਰਤੌਰ ਤੇ ਕੈਨੇਡਾ ਦੀ ਮੈਂ ਗੱਲ ਕਰ ਰਿਹਾ ਉਹਨਾਂ ਨੂੰ ਇਸ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਉਹ ਆ ਰਹੇ ਨੇ ਇੰਨੀਆਂ ਜ਼ਿਆਦਾ ਫੀਸਾਂ ਪੇ ਕਰ ਰਹੇ ਨੇ ਇੱਥੇ ਦੇ ਆ ਕੇ ਉਹਨਾਂ ਨੂੰ ਕੰਮ ਕਰਨ ਦੀ ਵੀ ਇਜਾਜ਼ਤ ਹੈ ਟੈਕਸ ਫਿਰ ਪੇ ਕਰ ਰਹੇ ਨੇ ਹੁਣ ਉਹਨਾਂ ਦੇ ਆਵਰ ਵੀ ਵਧਾ ਦਿੱਤੇ ਗਏ ਨੇ। ਰੋਲਾ ਹੋਰ ਬਹੁਤ ਜ਼ਿਆਦਾ ਪਿਆ ਹੈ। ਪੰਜਾਬ ਦਾ ਪਾਣੀ ਨਾ। ਕੌਣ ਸਾਰਿਆ ਰੋਲਾ? ਪਾਣੀ ਗੰਧਲਾ ਹੋ ਚੁੱਕਾ ਹੈ। ਕਿਊਬ ਲਾਨ ਰਲਕਿਆਂ ਦੇ ਵਿੱਚੋਂ ਗੰਧਲਾ ਪਾਣੀ ਨਿਕਲਦਾ ਹੈ। ਮੱਖੀਆਂ ਦੀ ਭਾਰ ਹੈ। ਸਮੈਲ ਆਉਂਦੀ ਹੈ ਤੇ ਹੋਰ ਆਵਾਜ਼ ਆਈ ਜਿਹੜੀ ਪ੍ਰਭਾਵਿਤ ਹੁੰਦੀ ਹੈ ਜਾਂ ਹੋਰ ਪੇਂਡੂ ਖੇਤਾਂ ਦੇ ਵਿੱਚ ਪਲਾਂਟ ਜਿਹੜੇ ਲੱਗੇ ਹੋਏ ਨੇ ਉਹਨਾਂ ਨਾਲ ਕਿੰਨਾ ਕੋਈ ਜਿਹੜਾ ਉਹ ਅਨਸੈਟਲ ਹੁੰਦਾ ਸਾਰਾ ਕੁਝ। ਈਕੋਸਿਸਟਮ ਸਾਡਾ ਖਰਾਬ ਹੋ ਰਿਹਾ ਤੇ ਪੰਜਾਬ ਦੇ ਵਿੱਚ ਐਸ ਵੇਲੇ ਜਿਹੜੇ ਪਾਣੀ ਦੇ ਅਸੀਂ ਕਦੀ ਬਹੁਤ ਮਾਣ ਕਰਿਆ ਕਰਦੇ ਸੀ ਉਹ ਡੂੰਗਾ ਵੀ ਹੋ ਰਿਹਾ ਤੇ ਖੰਧੜਾ ਵੀ ਹੋ ਰਿਹਾ ਇਹ ਬਹੁਤ ਮਾੜੀ ਗੱਲ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ ਪ੍ਰੋਗਰਾਮ ਹੈ ਜੀ ਵਿਚਾਰ ਚਰਚਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਕੁਝ ਖਾਸ ਮੁੱਦਿਆਂ ਤੇ ਚਰਚਾ ਕਰਾਂਗੇ ਆਪਣੇ ਮਾਹਿਰ ਮਹਿਮਾਨ ਕੁਲਦੀਪ ਸਿੰਘ ਪੀਰ ਹੋਰਾਂ ਦੇ ਨਾਲ ਸਤਿ ਸ਼੍ਰੀ ਅਕਾਲ ਹੀ ਸਭ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮਸ ਤੁਹਾਡਾ ਸਤਿ ਸ਼੍ਰੀ ਅਕਾਲ ਸੁਲੇਨ ਜੀ ਔਰ ਸਾਰੇ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਗੱਲ ਉਸ ਬੰਦੇ ਦੀ ਕਰ ਲਈਏ ਜੀ ਦੀ ਲੰਬੀ ਯਾਰੀ ਸੀ ਕਾਂਗਰਸ ਦੇ ਨਾਲ ਤੇ ਫਿਰ ਭਾਜਪਾ ਦਾ ਕਮਸ਼ਾ ਜਿਹੜਾ ਉਹ ਗੱਲ ਚ ਪਵਾ ਲਿਆ ਸੁਨੀਲ ਜਾਖੜ ਦੀ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਇਥੋਂ ਤੱਕ ਕਹਿਤਾ ਵੀ ਜਿਹੜਾ ਭਗਵੰਤ ਮਾਨ ਹੈ ਉਹ ਤਾਂ ਦਿੱਲੀ ਦੇ ਗਿਆ ਹਥਿਆਰ ਹੀ ਸੁੱਟ ਗਿਆ ਕਿੰਨੀ ਕੁ ਸੱਚਾਈ ਹੈ ਉਹਨਾਂ ਦੇ ਬਿਆਨਾਂ ਦੇ ਵਿੱਚ ਤੇ ਇਲਜ਼ਾਮ ਕੀ ਕੀ ਲਗਾਏ ਨੇ ਉਹਨਾਂ ਨੇ ਪੰਜਾਬ ਸਰਕਾਰ ਤੇ ਸੁਬਲਨੀ ਇਸ ਤਰ੍ਹਾਂ ਕਹ ਲੈ ਕਿ ਸੁਨੀਲ ਜਾਖੜ ਹੁਣਾਂ ਨੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਪੈਂਤੜੇ ਬਦਲੇ ਨੇ ਉਹ ਇੱਕ ਤੇ ਉਹਨਾਂ ਨੇ ਫਰਸਟ੍ਰੇਸ਼ਨ ਬੜੀ ਜ਼ਾਹਰ ਕੀਤੀ ਸਮੇਂ-ਸਮੇਂ ਤੇ ਉਹਦੀ ਗੱਲ ਬਾਅਦ ਵਿੱਚ ਕਰਾਂਗੇ ਕਿ ਉਹਨਾਂ ਨੇ ਕਿਸ-ਕਿਸ ਤਰੀਕੇ ਨਾਲ ਆਪਣੇ ਆਪ ਨੂੰ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਤੇ ਜਿਸ ਤਰ੍ਹਾਂ ਦੇ ਅਹੁਦੇ ਉਹਨਾਂ ਦੇ ਕੋਲ ਸੀ ਉਹ ਕਹਿੰਦੇ ਰਹਿ ਕੇ ਮੈਂ ਸੇਵਾ ਕੀਤੀ ਐ ਤੇ ਮੈਨੂੰ ਉਸ ਦਾ ਫਲ ਨਹੀਂ ਮਿਲਿਆ ਕਾਂਗਰਸ ਵਾਲੇ ਕਹਿੰਦੇ ਕਿ ਇਹ ਬਹੁਤ ਜ਼ਿਆਦਾ ਮੌਕੇ ਇਹਨਾਂ ਨੂੰ ਦਿੱਤਾ ਤੇ ਸਮਾਂ ਦਿੱਤਾ ਤੇ ਇਹ ਇਹਿਸਾਨ ਫਰاموش ਜਿਹੜੇ ਵਿਅਕਤੀ ਨੇ ਉਹਨੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਮੈਂ ਉਹ ਤੁਹਾਨੂੰ ਪੜ੍ਹ ਕੇ ਸੁਣਾਉਣ ਦਾ ਯਤਨ ਕਰਾਂਗਾ ਪੰਜਾਬ ਦੀ ਪ੍ਰਮੁੱਖ ਅਖਬਾਰ ਦੇ ਵਿੱਚੋਂ ਇਹ ਐਜ਼ ਇਟ ਇਜ਼ ਲੱਬ ਜਿਹੜੇ ਉਹਨਾਂ ਨੇ ਵਰਤੇ ਨੇ ਪੰਜਾਬ ਸਰਕਾਰ ਤੇ ਭਗਵੰਤ ਮਾਨ ਬਦਲੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਆਂ ਉਹ ਕਹਿੰਦੇ ਕਿ ਆਪ ਸਰਕਾਰ ਨੂੰ ਹਕੂਮਤ ਨਹੀਂ ਕਰਨੀ ਆਉਂਦੀ ਤੇ ਨਾ ਹੀ ਇਹਨਾਂ ਦੀ ਲੀਡਰਸ਼ਿਪ ਵਿੱਚ ਇੱਛਾ ਸ਼ਕਤੀ ਹੈ। ਪੰਜਾਬ 'ਚ ਇਸ ਵੇਲੇ ਸਰਕਾਰ ਤੋਂ ਵਾਂਝਾ ਹੈ ਤੇ ਭਗਵੰਤ ਮਾਨ ਦੇ ਹੱਥ ਹਕੂਮਤ ਦੀ ਵਾਗਡੋਰੀ ਨਹੀਂ। ਭਗਵੰਤ ਮਾਨ ਨੇ ਹਾਈ ਕਮਾਂਡ ਦੇ ਅੱਗੇ ਹਥਿਆਰ ਛੁੱਟ ਦਿੱਤੇ ਨੇ ਤੇ ਆਪ ਸਰਕਾਰ ਹਰ ਫਰੰਟ 'ਤੇ ਫੇਲ ਹੋ ਗਈ ਹੈ ਤੇ ਸੂਬੇ ਅੱਗੇ ਨਵੀਆਂ ਚੜ੍ਹਤਾਂ ਖੜੀਆਂ ਹੋ ਗਈਆਂ ਨੇ। ਉਹ ਕਹਿੰਦੇ ਕਿ ਆਪ ਦੀ ਦਿੱਲੀ ਦੀ ਲੀਡਰਸ਼ਿਪ ਪੰਜਾਬ ਨੂੰ ਚਲਾ ਰਹੀ ਹੈ ਤੇ ਇਹ ਲੀਡਰਸ਼ਿਪ ਪੰਜਾਬੀਆਂ ਦੀ ਮੂਲ ਭਾਵਨਾ ਨੂੰ ਸਮਝਣ ਤੋਂ ਸਮਰੱਥ ਹੈ ਪੰਜਾਬ ਦੀ ਹਮੇਸ਼ਾ ਲੜਾਈ ਦਿੱਲੀ ਨਾਲ ਰਹੀ ਪਰ ਪੰਜਾਬੀ ਕਿਸੇ ਬਾਹਰੀ ਲੀਡਰਸ਼ਿਪ ਦੀ ਤੌਹਸ ਨੂੰ ਬਰਦਾਸ਼ਤ ਨਹੀਂ ਕਰਦੇ ਕੋਈ ਵੀ ਕਹੇ ਕਿ ਭਗਵੰਤ ਮਾਨ ਸੂਬੇ ਦੇ ਪੱਖ ਵਿੱਚ ਸਟੈਂਡ ਨਹੀਂ ਲੈ ਰਿਹਾ ਜਾਖੜ ਨੇ ਨੌਕਰਸ਼ਾਹੀ ਬਾਰੇ ਵੀ ਇਹ ਕਿਹਾ ਕਿ ਪੰਜਾਬ ਸਰਕਾਰ ਤੇ ਅਫਸਰਸ਼ਾਹੀ ਭਾਰੂ ਪੈ ਗਈ ਹੈ ਸੂਬੇ ਵਿੱਚ ਭ੍ਰਿਸ਼ਟਾਚਾਰ ਵਧ ਗਿਆ ਤੇ ਅਫਸਰਾਂ ਨੇ ਆਪਣੇ ਭਾਅ ਵਧਾ ਦਿੱਤੇ ਨੇ ਅਫਸਰਸ਼ਾਹੀ ਤੇ ਰੋਕ ਕੋਈ ਨਹੀਂ ਹੈ ਇਹ ਬਿਆਨ ਸੁਨੀਲ ਜਾਖੜ ਹੁਣਾ ਦੇ ਨੇ ਹੁਣ ਇਹਨਾਂ ਨੂੰ ਜਿਹੜੇ ਉਹਨਾਂ ਨੇ ਗੱਲ ਕੀਤੀ ਹੈ ਉਸ ਤਰ੍ਹਾਂ ਜਿਹੜੀ ਆ ਵਿਸ਼ਲੇਸ਼ਣ ਕਰਦੇ ਆ ਪੰਜਾਬ ਇਸ ਵੇਲੇ ਸਰਕਾਰ ਤੋਂ ਬੰਜਾ ਹੈ ਤੇ ਭਗਵੰਤ ਮਾਨ ਦੇ ਹੱਥ ਹਕੂਮਤ ਦੀ ਵਾਗਡੋਰ ਨਹੀਂ ਹੈ ਜਿਸ ਪਾਰਟੀ ਦੇ ਵਿੱਚ ਜਨਾਬ ਹੋਰੀ ਰਹੇ ਨੇ ਇਹਨਾਂ ਦੇ ਪਿਤਾ ਜੀ ਇਹਨਾਂ ਦੇ ਭਾਈ ਸਾਹਿਬ ਪੰਜਾਬ ਵਿੱਚ ਜਾਂ ਕੇਂਦਰ ਦੇ ਵਿੱਚ ਜਦੋਂ-ਜਦੋਂ ਵੀ ਕਾਂਗਰਸ ਦਾ ਰਾਜ ਰਿਹਾ ਹੈ ਤਾਂ ਕਾਂਗਰਸ ਸੱਤਾ ਦੇ ਫੋਰਫਰੰਟ ਤੇ ਰਹੀ ਹੈ ਜੀ ਉਸ ਵਿੱਚ ਜਾਖੜ ਪਰਿਵਾਰ ਕਿਸ ਤਰ੍ਹਾਂ ਰਿਹਾ ਹੈ ਸਭ ਨੂੰ ਪਤਾ ਹੈ ਪੰਜਾਬ ਦੀ ਰਾਜਨੀਤੀ ਦੇ ਵਿੱਚ ਉਠ ਕੇ ਲੋਕ ਸਭਾ ਦੇ ਸਪੀਕਰ ਤੱਕ ਪਹੁੰਚਣਾ ਬਲਰਾਮ ਜਾਖੜ ਦਾ ਤੇ ਇਹਨਾਂ ਦਾ ਖੁਦ ਇੱਕ ਵਾਰੀ ਮੁੱਖ ਮੰਤਰੀ ਦੀ ਗੱਦੀ ਨੂੰ ਹੱਥ ਪੈ ਜਾਣਾ ਇਹ ਪੰਜਾਬ ਦੇ ਵਿੱਚ ਹੀ ਸੀ ਸਾਰਾ ਕੁਝ ਪਰ ਉਹ ਕਿਵੇਂ ਸੀ ਜਿਸ ਪਾਰਟੀ ਨੂੰ ਬਿਲੋਂਗ ਕਰਦੇ ਸੀ ਜਨਾਬ ਹੁਣੇ ਅਜ ਤੋਂ ਕੁਝ ਮਹੀਨੇ ਪਹਿਲਾਂ ਤੱਕ ਉਸ ਪਾਰਟੀ ਦਾ ਕੰਮਕਾਜ ਕਿਵੇਂ ਚੱਲਦਾ ਸੀ ਹੈਲੀਕਾਪਟਰ ਦਾ ਗੜੀਰਣਾ ਬਣਾ ਕੇ ਉਸ ਨੂੰ ਕਦੇ ਦਿੱਲੀ ਕਦੀ ਕਿਤੇ ਕਦੀ ਕਿਤੇ ਤੇ ਕਦੀ ਜਿਹੜੇ ਉਤਰਾਖੰਡ ਤੇ ਇੰਚਾਰਜ ਜਿਹੜੇ ਆ ਕੇ ਪੰਜਾਬ ਮਾਮਲੇ ਦੇ ਉਹ ਪੰਜਾਬ ਦੇ ਮਾਮਲੇ ਸੈੱਟ ਕਰਦੇ ਸੀ ਕਦੇ ਕਿਸੇ ਨੂੰ ਬਿਠਾਉਂਦੇ ਸੀ ਕਦੇ ਕਿਸੇ ਨੂੰ ਬਿਠਾਉਂਦੇ ਸੀ ਸੁਨੀਲ ਜਾਖੜ ਉਸ ਦਿਨ ਤੱਕ ਪਰਫੈਕਟ ਹਿੱਟ ਸਨ ਕਾਂਗਰਸ ਦੇ ਵਿੱਚ ਕਾਂਗਰਸ ਦੇ ਉਸ ਸਿਸਟਮ ਦੇ ਵਿੱਚ ਜਿਹਦੇ ਵਿੱਚ ਇੱਕ ਇੱਕ ਕਮਾਂਡ ਦਿੱਲੀ ਤੋਂ ਆਉਂਦੀ ਸੀ ਉਤਰਾਖੰਡ ਤੋਂ ਆਉਂਦੀ ਸੀ ਹਿਮਾਚਲ ਤੋਂ ਆਉਂਦੀ ਸੀ ਜਦੋਂ ਆਸ਼ਾ ਕੁਮਾਰੀ ਜੀ ਸੀ ਪੰਜਾਬ ਦੀ ਇੰਚਾਰਜ ਹੋਰ ਨਾ ਪਾਸਿਆਂ ਤੋਂ ਵੀ ਆਉਂਦੀ ਸੀ ਬਾਰਨੇ ਲੀਡਰ ਆ ਕੇ ਪੰਜਾਬ ਦੇ ਬਹੁਤੇ ਸਿਆਣੇ ਕਾਂਗਰਸੀ ਲੀਡਰਾਂ ਨੂੰ ਕਿਸੇ ਨੂੰ ਪਟਿਆਲੇ ਮਿਲਣ ਜਾਂਦੇ ਸੀ ਕਿਸੇ ਨੂੰ ਚੰਡੀਗੜ੍ਹ ਮਿਲਣ ਜਾਂਦੇ ਸੀ ਕਿਸੇ ਨੂੰ ਅੰਮ੍ਰਿਤਸਰ ਮਿਲਣ ਜਾਂਦੇ ਸੀ ਉਹਨਾਂ ਨੂੰ ਪਠਾ ਪਠਾ ਕੇ ਉਹਨਾਂ ਦੀ 16 ਸਫਾਈਆਂ ਕਰਾਉਂਦੇ ਰਹੇ ਅਖੀਰ ਇੱਕ ਬੀਬੀ ਜੀ ਆਉਂਦੇ ਨੇ ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਗਤੀ ਖੁੱਸਦੀ ਹੈ ਅੰਬਿਕਾ ਸੋਨੀ ਉਹਨਾਂ ਨੇ ਐਸੀ ਪਲਟੀ ਮਾਰੀ ਕਿ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਬੈਠਿਆ-ਬੈਠਿਆ ਨੂੰ ਉੱਠਣਾ ਪੈ ਗਿਆ ਹੂੰ ਹੂੰ ਜਨਾਬ ਹੁਣੇ ਉਸ ਵੇਲੇ ਤੱਕ ਉਸ ਮੂਮੈਂਟ ਤੱਕ ਕੇਂਦਰ ਦੀ ਕਾਂਗਰਸੀ ਹਾਈ ਕਮਾਂਡ ਦਾ ਇੱਕ ਇੱਕ ਹੁਕਮ ਲਫ਼ਜ਼ ਬਲ ਲਫ਼ਜ਼ ਬੰਦੇ ਰਹੇ ਨੇ ਜੀ ਤੇ ਚੰਨ ਜਾਂ 4 ਸਾਲ 4.5 ਸਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਜਾਂ ਉਸ ਤੋਂ ਪਿਛਲੇ ਵੀ ਜਿਵੇਂ ਮੂੰਹ ਵਿੱਚ ਕੁੰਗੜੀਆਂ ਪਾ ਕੇ ਬੈਠਣ ਵਾਲੀ ਗੱਲ ਹੁੰਦੀ ਹੈ ਇਸ ਤਰ੍ਹਾਂ ਬੈਠੇ ਰਹਿ ਤੇ ਕੋਈ ਰਿਐਕਟ ਨਹੀਂ ਕੀਤਾ ਪੰਜਾਬ ਦਾ ਕੋਈ ਉਹ ਮੁੱਦਾ ਨਹੀਂ ਉਠਾਇਆ ਪਾਰਟੀ ਦੀ ਅੰਦਰੂਨੀ ਜੰਗ ਦੇ ਬਾਰੇ ਕਿਤੇ ਕਿਤੇ ਦਬਮੀ ਆਵਾਜ਼ ਦੇ ਵਿੱਚ ਮੂੰਹ ਮਾ ਖੋਲਦੇ ਰਹੇ ਪਰ ਖੁੱਲ ਕੇ ਉਹ ਵੀ ਨਾ ਖੋਲੇ ਕਿ ਕਿਤੇ ਨਾ ਕਿਤੇ ਦਾਦਾ ਲੱਗੂਗਾ ਇਹ ਨਾ ਇਹ ਜਦੋਂ ਪਾਸੇ ਹੋਣਗੇ ਤਾਂ ਫਿਰ ਮੇਰੀ ਵਾਰੀ ਆਏਗੀ ਮੁੱਖ ਮੰਤਰੀ ਦੀ ਗੱਦੀ ਖੁੱਸਦੀ ਹੈ ਜਦੋਂ ਤੇ ਫਿਰ ਉਹ ਪਾਰਟੀ ਦੇ ਵਿੱਚੋਂ ਇਲੈਕਸ਼ਨ ਲੜਨ ਤੋਂ ਵੀ ਨਾ ਕਰ ਦਿੰਦੇ ਨੇ ਚੁੱਪ ਹੋ ਜਾਂਦੇ ਨੇ ਵੱਡੇ ਵੱਡੇ ਬਿਆਨ ਜਿਹੜੇ ਨੇ ਰਿਵੀਟ ਕਰਦੇ ਨੇ ਔਰ ਜਿਹੜਾ ਫਿਲਾਸਫਰਾਂ ਵਾਂਗ ਭਾਸ਼ਣ ਦਿੰਦੇ ਨੇ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਜਾਂਦਾ ਉਦੋਂ ਵੀ ਉੱਥੇ ਇੱਕ ਬੜਾ ਲੰਮਾ ਚੌੜਾ ਭਾਸ਼ਣ ਦਿੰਦੇ ਨੇ ਸੁਨੀਲ ਜਾਖੜ ਤੇ ਅੱਜ ਆ ਗੱਲਾਂ ਜਿਹੜੀਆਂ ਉਹ ਗੱਲਾਂ ਕਰ ਰਹੇ ਨੇ ਕਿ ਪੰਜਾਬ ਇਸ ਵੇਲੇ ਸਰਕਾਰ ਤੋਂ ਬੰਜਾ ਹੈ ਪੰਜਾਬ ਨਾਲ ਤੇ ਇਸੇ ਤਰ੍ਹਾਂ ਹੁੰਦਾ ਆ ਜਿਹੜਾ ਉਹ ਕਹਿੰਦੇ ਨੇ ਕਿ ਦਿੱਲੀ ਦੀ ਲੀਡਰਸ਼ਿਪ ਪੰਜਾਬ ਨੂੰ ਚਲਾ ਰਹੀ ਹੈ ਦਿੱਲੀ ਨੂੰ ਤੇ ਪੰਜਾਬ ਹਮੇਸ਼ਾ ਤੋਂ ਚਲਾਉਂਦੀ ਰਹੀ ਹੈ ਜਿਸ ਪਾਰਟੀ ਨਾਲ ਇੰਨੇ ਲੰਬੇ ਸਮੇਂ ਤੋਂ 40 50 60 ਸਾਲ ਤੋਂ ਜੁੜਾ ਹੋਇਆ ਪਰਿਵਾਰ ਹੈ ਉਹਨਾਂ ਦੀ ਲੀਡਰਸ਼ਿਪ ਕਿਸ-ਕਿਸ ਸੂਬੇ ਨੂੰ ਕਿਸ ਤਰ੍ਹਾਂ ਚਲਾਉਂਦੀ ਰਹੀ ਹੈ ਜਿਨ੍ਹਾਂ ਵਿੱਚ ਪੰਜਾਬ ਵੀ ਸ਼ਾਮਲ ਸੀ ਇਹਨਾਂ ਨੂੰ ਪਤਾ ਹੋਣਾ ਭਗਵੰਤ ਮਾਨ ਸੂਬੇ ਦੇ ਪੱਖ ਤੇ ਸਟੈਂਡ ਨਹੀਂ ਲੈ ਰਹਾ ਤੁਸੀਂ ਮੁੱਦੇ ਦੀ ਗੱਲ ਕਰੋ ਜਨਰਲਾਈਜ਼ ਕਰਕੇ ਜਦੋਂ ਤੁਸੀਂ ਕਿਸੇ ਨੂੰ ਭੰਡਣ ਦਾ ਕੰਮ ਕਰੋਗੇ ਉਸ ਵਿੱਚ ਜ਼ਾਹਿਰਾ ਤੌਰ ਤੇ ਤੁਹਾਡੀ ਫਰਸਟ੍ਰੇਸ਼ਨ ਜਿਹੜੀ ਆ ਸ਼ੋ ਹੋਵੇਗੀ ਇਸ ਵੇਲੇ ਭਾਜਪਾ ਦੇ ਵਿੱਚ ਨੇ ਕਿ ਪੰਜਾਬ ਸਰਕਾਰ ਵਿੱਚ ਅਫਸਰशाही ਜਿਹੜੀ ਹੈ ਉਹ ਸਰਕਾਰ ਤੇ ਭਾਰੂ ਪੈ ਗਈ ਹੈ ਇਹ ਅਫਸਰशाही ਪੈਦਾ ਕਿ ਕਿਸ ਨੇ ਕੀਤੀ ਹੈ ਉਹ ਕਹਿੰਦੇ ਨੇ ਕਿ ਅਫਸਰਾਂ ਨੇ ਆਪਣੇ ਰੇਟ ਵਧਾ ਦਿੱਤੇ ਨੇ ਇਹਦਾ ਮਤਲਬ ਰੇਟ ਤੇ ਪਹਿਲਾਂ ਵੀ ਬਣੇ ਹੋਏ ਸੀ ਰੇਟ ਜੇ ਕਿਸੇ ਦਾ ਅੱਜ 1 ਲੱਖ ਰੁਪਈਆ ਸੀ ਮੈਂ ਕੋ ਉਦਾਹਰਣ ਦੇ ਤੌਰ ਤੇ ਗੱਲ ਕਰ ਰਿਹਾ ਤੇ ਉਹ 1.5 ਲੱਖ ਹੋ ਗਿਆ ਜਾਂ 2 ਲੱਖ ਹੋ ਗਿਆ ਉਹ ਰੇਟ ਤੇ ਸੀਗੇ ਨਾ ਪਹਿਲਾਂ ਉਹ ਅਫਸਰ ਚਾਹੀ ਇਸ ਤਰ੍ਹਾਂ ਦੀ ਕਿਸ ਨੇ ਪਠਾਈ ਸਾਡੇ ਸਿਰ ਤੇ ਤੇ ਕਿ ਕਹਨੇ ਉਹਨਾਂ ਨੂੰ ਪ੍ਰਸ਼ਟ ਹੋਣ ਦਿੱਤਾ ਤੇ ਪ੍ਰਸ਼ਟ ਸਿਸਟਮ ਵਿੱਚੋਂ ਉਹਨਾਂ ਨੂੰ ਮਾਇਆ ਇਸ ਤਰ੍ਹਾਂ ਕੱਢਣ ਦੀ ਇਜਾਜ਼ਤ ਕਿਸ ਨੇ ਦਿੱਤੀ ਤੇ ਹੁਕਮ ਚਲਾਉਣ ਦੀ ਇਜਾਜ਼ਤ ਕਿਸ ਨੇ ਦਿੱਤੀ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਤੇ ਉਹਨਾਂ ਕੋਲੋਂ ਸਵਾਲ ਜਿਹੜਾ ਉਹ ਪੁੱਛਨੇ ਪੈਂਦੇ ਨੇ ਦਿੱਲੀ ਦੀ ਦਖਲਅੰਦਾਜ਼ੀ ਦੀ ਗੱਲ ਕਰਦੇ ਆ ਜਦੋਂ ਪੰਜਾਬ ਦੇ ਵਿੱਚ ਸਮੱਸਿਆ ਸੀ ਤੇ ਸਵੇਰ ਨੂੰ ਚਰਜੀਤ ਸਿੰਘ ਜੰਨੀ ਦਿੱਲੀ ਦੁਪਹਿਰ ਨੂੰ ਕੈਪਟਨ ਅਮਰਿੰਦਰ ਸਿੰਘ ਲੋਡੇਵਲੇ ਨੂੰ ਨਵਜੋਤ ਸਿੰਘ ਤੇ ਸ਼ਾਮ ਨੂੰ ਸੁਨੀਲ ਜਾਖੜ ਪ੍ਰਿੰਕਾ ਗਾਂਧੀ, ਰਾਹੁਲ ਗਾਂਧੀ, ਸੋਨੀਆ ਗਾਂਧੀ, ਪ੍ਰਿੰਕਾ ਵਾਡਰਾ, ਸੋਨੀਆ, ਰਾਹੁਲ ਇਹੋ ਹੀ ਨਾਮ ਜਿਹੜੇ ਜਪੇ ਜਾਂਦੇ। ਹੂੰ ਹੂੰ। ਜਿਸ ਦਿਨ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਅਹੁਦੇ ਦਾਅਵੇਦਾਰ ਐਲਾਨਿਆ ਜਾਂਦਾ ਹੈ ਇਲੈਕਸ਼ਨਾਂ ਦੇ ਵਿੱਚ ਕਿ ਸਾਡੇ ਇਲੈਕਸ਼ਨ ਜਿੱਤਣ ਤੋਂ ਬਾਅਦ ਇਹ ਮੁੱਖ ਮੰਤਰੀ ਹੋਣਗੇ। ਤੇ ਜਨਾਬ ਘਰੇ ਉੱਥੇ ਹੀ ਮੌਜੂਦ ਸੀ। ਇਹਨਾਂ ਨੇ ਵਿਰੋਧਤਾ ਕਿਉਂ ਨਾ ਕੀਤੀ? ਉਹ ਹੁਕਮ ਉਹ ਆ ਕੇ ਪੰਜਾਬ ਵਿੱਚ ਕੌਣ ਐਲਾਨ ਕਰ ਰਿਹਾ ਸੀ? ਰਾਹੁਲ ਗਾਂਧੀ ਤੋਂ ਬਿਨਾਂ ਐਲਾਨ ਨਹੀਂ ਸੀ ਹੋ ਸਕਦਾ ਕਿ ਪੰਜਾਬ ਦੀ ਵਿਧਾਇਕ ਦਲ ਜਿਹੜਾ ਜੇ ਸੁਨੀਲ ਜਾਖੜ ਨੂੰ ਪੰਜਾਬ ਦੇ ਵਿਧਾਇਕ ਦਲ ਦੀ ਹਮਾਇਤ ਪ੍ਰਾਪਤ ਸੀ ਤਾਂ ਫਿਰ ਅੰਬਿਕਾ ਸੋਨੀ ਨੇ ਕਿਵੇਂ ਇਹਨਾਂ ਦਾ ਪਾਸਾ ਪੜ ਦਿੱਤਾ ਉਹ ਸਿਸਟਮ ਕਿਹੜਾ ਸੀ ਤੇ ਜੇ ਅੰਬਿਕਾ ਸੋਨੀ ਉਹ ਬਿਆਨ ਨਾ ਦਿੰਦੇ ਕਿ ਨੌਨ ਸਿੱਖ ਨੂੰ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣਾਉਣਾ ਜਿਹੜਾ ਉਹ ਠੀਕ ਨਹੀਂ ਹੋਵੇਗਾ ਤੇ ਫਿਰ ਸੁਨੀਲ ਜਾਖੜ ਦਾ ਫਿਰ ਕੀ ਸਟੈਂਡ ਹੁੰਦਾ ਇਹ ਇਹਨਾਂ ਮੁੱਦਿਆਂ ਦੇ ਬਾਰੇ ਮੇਰਾ ਖਿਆਲ ਹੈ ਕਿ ਉਹਨਾਂ ਨੇ ਲੰਬੀ ਚੌੜੀ ਵੀਡੀਓ ਪਾ ਕੇ ਉਦੋਂ ਵੀ ਪੜਾਅ ਕੱਟੀ ਸੀ ਕਾਂਗਰਸ ਦੇ ਸਿਸਟਮ ਦੇ ਖਿਲਾਫ ਤੇ ਜਿਹੜੀਆਂ ਗੱਲਾਂ ਅੱਜ ਉਹ ਕਰ ਰਹੇ ਨੇ ਏ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸਿਸਟਮ ਦੇ ਖਿਲਾਫ ਕਿਉਂਕਿ ਇੱਕ ਜਦੋਂ ਸਿਸਟਮਿਕ ਪੂਰੇ ਦਾ ਪੂਰਾ ਗਲ ਪਾ ਦਿੱਤਾ ਜਾਂਦਾ ਫਿਰ ਉਹਨੂੰ ਫੋਲੋ ਕਰਦੀਆਂ ਨੇ ਬਾਕੀ ਪਾਰਟੀਆਂ ਵੀ ਕੇਜਰੀਵਾਲ ਨੇ ਵੀ ਇਸੇ ਤਰ੍ਹਾਂ ਐਲਾਨ ਕੀਤਾ ਸੀ ਕਿ ਭਗਵੰਤ ਮਾਨ ਮੁੱਖ ਮੰਤਰੀ ਹੋਣਗੇ ਉਹ ਇੱਕ VOTING ਸਿਸਟਮ ਦਾ ਜਿਹੜਾ ਕੰਮ ਚਲਾ ਕੇ ਉਹਦੇ ਥਰੂ ਜਿਹੜਾ ਐਲਾਨ ਕੀਤਾ ਗਿਆ ਸੀ ਪਤਾ ਨਹੀਂ ਉਹ ਕਿੰਨਾ ਕੁ ਸੱਚਾ ਸੀ ਠੀਕ ਸੀ ਪਰ ਭਗਵੰਤ ਮਾਨ ਮੁੱਖ ਮੰਤਰੀ ਨੇ ਲੰਬੀ ਚੌੜੀ ਵੀਡੀਓ ਪਾ ਕੇ ਪੜਾਸੋਦੋ ਵੀ ਕੱਢੀ ਤੇ ਕਾਂਗਰਸ ਦੇ ਜਦੋਂ ਉਹ ਇਸ ਵੱਡੇ ਏਡੇ ਵੱਡੇ ਇੱਥੇ ਕਾਂਗਰਸ ਦੇ ਇੰਨੇ ਜ਼ਿਆਦਾ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹੇ ਪੰਜਾਬ ਦੇ ਕਿ ਉਹ ਦਿੱਲੀ ਦੀ ਹਾਈ ਕਮਾਂਡ ਤੋਂ ਆਜ਼ਾਦ ਸਨ ਤੇ ਜਾਂ ਫਿਰ ਇਸ ਵੇਲੇ ਜਿਹੜੀ ਪਾਰਟੀ ਦੇ ਵਿੱਚ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੀ ਉਹ ਆਜ਼ਾਦਾਨਾ ਤੌਰ ਤੇ ਉਹਨਾਂ ਦੇ ਸੂਬਿਆਂ ਦੇ ਜਿਹੜੇ ਰਹਿਨਮਾਨ ਨੇ ਉਹ ਕੰਮ ਕਰ ਰਹੇ ਨੇ ਪੰਜਾਬ ਦੇ ਵਿੱਚ ਜਿਸ ਮਿਲ ਜਾਖੜ ਉਹਨਾਂ ਨੇ ਮੁੱਦੇ ਠੋਣੇ ਨੇ ਪੰਜਾਬ ਦੇ ਵਿੱਚ ਇਸ ਵੇਲੇ ਉਹ ਮੁੱਦੇ ਬਹੁਤ ਜ਼ਿਆਦਾ ਜ਼ੋਰ ਫੜ ਰਹੇ ਨੇ ਜਿਹੜੇ ਸਿੱਧੇ ਪੰਜਾਬ ਕੇਂਦਰ ਦੇ ਨਾਲ ਸਬੰਧ ਰੱਖਦੇ ਨੇ ਜੀ ਬਿਹਤਰ ਨਹੀਂ ਉਹ ਕਿ ਸੁਨੀਲ ਜਾਖੜ ਜੋ ਵਿਧਿਆਤੀ ਵਿਕਾਸ ਫੰਡ ਸਾਡਾ ਜਿਹੜਾ ਰੁਕਿਆ ਪਿਆ ਹਜ਼ਾਰਾਂ ਕਰੋੜਾ 3000 ਕਰੋੜ ਤੋਂ ਉੱਪਰ ਦਾ ਰਿਹਾ ਪੰਜਾਬ ਦਾ ਕਿਦੋਂ ਨੇ ਰੁਕਿਆ ਹੋਇਆ ਉਹ ਦਵਾਉਣ ਸਾਨੂੰ ਪੰਜਾਬ ਦੇ ਵਿੱਚ ਡਿਮਾਂਡ ਚੱਲ ਰਹੀ ਹੈ ਕਿ ਚੰਡੀਗੜ੍ਹ ਅੰਮ੍ਰਿਤਸਰ ਤੇ ਹੋਰ 에ਰਪੋਰਟਾਂ ਬਣ ਕੇ ਤਿਆਰ ਹੋ ਗਈਆਂ ਇੱਥੋਂ ਇੱਕ ਵੀ ਅੰਤਰਰਾਸ਼ਟਰੀ ਉਡਾਨ ਨਹੀਂ ਹੈ ਅੱਜ ਅਸੀਂ ਗੱਲ ਕਰ ਰਹੇ ਹਾਂ ਤੇ ਕਮਲੇਸ਼ੀਆ ਨੂੰ ਇੱਕ 에ਰਲਾਈਨ ਨੇ ਜਿਹੜੀ ਹਫ਼ਤੇ ਵਿੱਚ 4 ਦਿਨ ਉਡਾਨ ਚਲਾਉਣ ਦੀ ਇਜਾਜ਼ਤ ਦਿੱਤੀ ਹੈ ਉਹਦੇ ਨਾਲ ਕੀ ਫਰਕ ਪੈਣਾ ਸਾਨੂੰ ਕਿਉਂ ਨਹੀਂ ਸਰਕਾਰ ਨਹੀਂ ਸਰਕਾਰ ਕੇਂਦਰ ਸਰਕਾਰ ਦੇ ਵਿੱਚ ਇੰਨੀ ਮਜ਼ਬੂਤ ਜ਼ਬਰਦਸਤ ਸਰਕਾਰ ਹੈ ਉਹਨਾਂ ਕੋਈ ਇੰਨੀ ਵੱਡੀ ਮੈਜੋਰਿਟੀ ਹੈ ਕਿਉਂ ਨਹੀਂ ਉਹਨਾਂ ਦੀ ਇੱਛਾ ਸ਼ਕਤੀ ਇਸ ਲੈਵਲ ਦੀ ਕਿ ਉਹ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੋ ਕੰਮ ਕਰ ਸਕਣ ਇਹ ਮੁੱਦੇ ਕਿਸ ਦੇ ਨੇ ਪੰਜਾਬ ਦੇ ਖਿਲਾਫ ਐ ਐਸਵਾਈਐਲ ਦੇ ਮੁੱਦੇ ਤੇ ਜਿਹੜੇ ਐਫੀਡੇਵਿਟ ਦਾਖਲ ਕਰਦੀ ਹੈ ਕੇਂਦਰ ਸਰਕਾਰ ਉਹ ਪੰਜਾਬ ਦੇ ਮੁੱਦੇ ਤੇ ਕੌਣ ਬੋਲੇਗਾ ਇਹ ਭਾਜਪਾ ਦੀ ਲੀਡਰਸ਼ਿਪ ਵਿੱਚ ਨਹੀਂ ਕੀ ਭਾਜਪਾ ਦੀ ਲੀਡਰਸ਼ਿਪ ਜਿਹੜੀ ਹੈ ਪੰਜਾਬ ਦੇ ਵਿੱਚ ਕੇਂਦਰੀ ਕੇਂਦਰੀ ਲੀਡਰਸ਼ਿਪ ਉਹ दखलअंदाजी ਨਹੀਂ ਕਰਦੀ ਉਹਨਾਂ ਦੀ ਕਿਸ ਲੈਵਲ ਦੀ दखलअंदाजी ਹੈ ਕੀ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਇੱਕ ਪੱਤਾ ਵੀ ਹਿੱਲਦਾ ਕਾਰਜਕਾਰੀ ਦੇ ਵਿੱਚੋਂ ਜਿਹਨੂੰ ਮਰਜ਼ੀ ਸ਼ਾਮਲ ਕਰਦੇ ਹੋ ਜਿਹਨੂੰ ਮਰਜ਼ੀ ਬਾਹਰ ਕੱਢਦੇ ਹੋ ਤੇ ਜਿਹੜੇ ਵਿਅਕਤੀ ਕਿਸਾਨ ਅੰਦੋਲਨ ਜਿਹੜਾ ਜਿਹੜਾ ਕਿਸਾਨ ਅੰਦੋਲਨ ਜਿਸ ਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਤੇ ਹੋਰ ਆਗੂ ਕਹਿੰਦੇ ਸੀ ਕਿ ਕਾਂਗਰਸ ਸਰਕਾਰ ਨਾ ਚਾਹਦੀ ਪੰਜਾਬ ਦੇ ਵਿੱਚ ਤੇ ਕਿਸਾਨ ਅੰਦੋਲਨ ਖੜਾ ਨਹੀਂ ਸੀ ਹੋ ਸਕਦਾ ਕਿਸਾਨ ਅੰਦੋਲਨ ਦੇ ਵਿੱਚ ਇੰਨੀਆਂ ਜਾਨਾਂ ਗਵਾਉਣ ਵਾਲੇ ਲਖੀਮਪੁਰ ਖੀਰੀ ਘਟਨਾ ਦੀ ਜਾਂਚ ਦੀ ਗੱਲ ਅਸੀਂ ਕਰ ਲਈਏ ਭਾਰਤੀ ਜਨਤਾ ਪਾਰਟੀ ਕਿੱਥੇ ਜਵਾਬਦੇ ਨਹੀਂ ਹੈ ਤੇ ਸੁਨੀਲ ਜਾਖੜ ਉਹਨਾਂ ਦੀ ਗੱਲ ਕਰਨ ਸਾਡੇ ਨਾਲ ਕਿ ਇਹ ਕੇਂਦਰ ਦੇ ਅੱਗੇ ਕੇਂਦਰ ਸਰਕਾਰ ਦੇ ਅੱਗੇ ਪੰਜਾਬ ਦੇ ਉਹਨਾਂ ਮਸਲਿਆਂ ਬਾਰੇ ਕੀ ਕਹਿੰਦੇ ਨੇ ਜੇ ਜੇ ਪੰਜਾਬ ਦੇ ਵਿੱਚ ਸਰਕਾਰ ਹੈ ਉਹਨਾਂ ਨੇ ਇਸ ਤਰ੍ਹਾਂ ਜਨਰਲਾਈਜ਼ ਕਰਕੇ ਇਹ ਕਹਿ ਦੇਣਾ ਕਿ ਇੱਥੇ ਤੇ ਅਫਸਰशाही ਨੇ ਭਾਰੂ ਹੋ ਗਿਆ ਤੇ ਭਗਵੰਤ ਮਾਨ ਨੂੰ ਪੁੱਛਦਾ ਕੋਈ ਨਹੀਂ ਇੱਥੇ ਆ ਹੋ ਰਿਹਾ ਹੋ ਰਿਹਾ ਮੇਰਾ ਖਿਆਲ ਹੈ ਜਿਸ ਪਾਰਟੀ ਨੂੰ ਸੁਨੀਲ ਜਾਖਣ ਹੋਣੀ ਰਿਪਰੈਜ਼ੈਂਟ ਕਰਦੇ ਰਹੇ ਨੇ ਉਹਨਾਂ ਦੇ ਚਾਰ ਜਾਂ ਪੰਜ ਮੰਤਰੀ ਤੇ ਇਸ ਵੇਲੇ ਰੋਜ਼ ਵੀਰਸ ਦੀਆਂ ਪੇਸ਼ੀਆਂ ਭੁਗਤ ਰਹੇ ਨੇ ਅੰਦਰ ਬੈਠੇ ਨੇ ਜੀ ਉਹਨਾਂ ਦੇ ਸਾਥੀ ਫੜੇ ਜਾ ਰਹੇ ਨੇ ਰੋਜ਼ਾਨਾ ਬੇਸਿਸ ਤੇ ਗਸਟਡ ਅਫਸਰਾਂ ਤੋਂ ਲੈ ਕੇ ਉੱਪਰਲੇ ਅਫਸਰਾਂ ਤੱਕ ਤਿੰਨ ਤੋਂ ਚਾਰ ਅਫਸਰ ਜਿਹੜੇ ਨੇ ਡੇਲੀ ਬੇਸਿਸ ਤੇ ਬਿਜ਼ਨਸ ਨੂੰਨੋ ਗ੍ਰਫਤਾਰ ਕਰ ਰਹੀ ਹੈ ਅੱਜ ਇੱਥੇ ਕਪੜਾ ਹੋ ਗਿਆ ਕੱਲ ਨੂੰ ਉੱਥੇ ਕੱਲ ਨੂੰ ਉੱਥੇ ਸਾਰੇ ਪਿਛਲੇ ਨਿਕਲ ਰਹੇ ਨੇ ਜੇ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਊਨਤਾ ਹੀ ਹੈ ਇਸ ਵੇਲੇ ਸਿਸਟਮ ਦੇ ਵਿੱਚ ਚਾਹੇ ਉਹ ਆਰਥਿਕ ਹੋਵੇ ਚਾਹੇ ਸਮਾਜਿਕ ਹੋਵੇ ਜਾਂ ਕੋਈ ਕਿਸਾਨਾਂ ਦਾ ਮੁੱਦਾ ਹੋਵੇ ਜਾਂ ਬੇਰੁਜ਼ਗਾਰਾਂ ਦਾ ਮੁੱਦਾ ਹੋਵੇ ਉਹਨਾਂ ਵਿੱਚ ਜਿਹੜੀਆਂ ਸਰਕਾਰਾਂ ਪਿਛਲੀਆਂ ਰਹੀਆਂ ਨੇ ਉਹ ਵੱਡੇ ਪੱਧਰ ਤੇ ਜ਼ਿੰਮੇਵਾਰ ਨੇ ਸੁਨੀਲ ਜਾਖੜ ਦੋਵੇਂ ਤਰ੍ਹਾਂ ਹੀ ਗੱਲ ਕਰ ਲੈਣ ਤੇ ਪ੍ਰਕਾਸ਼ ਸਿੰਘ ਬਾਦਲ ਇਹਨਾਂ ਨੂੰ ਚੌਧਰੀ ਸਾਹਿਬ ਕਹਿ ਕੇ ਬੁਲਾਉਂਦੇ ਨੇ ਤੇ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ ਦਲ ਅਤੇ ਭਾਜਪਾ ਦਾ ਇਸ ਤਰ੍ਹਾਂ ਦਾ ਨੌ ਮਾਸ ਦਾ ਰਿਸ਼ਤਾ ਰਿਹਾ ਅੱਜ ਉਹਦੇ ਵਿਹਾਰ ਤੇ ਗੱਲ ਕਰ ਲੈਣ ਕਿ ਉਹਨਾਂ ਨੇ ਪੰਜਾਬ ਵਿੱਚ ਕਿਸ ਤਰ੍ਹਾਂ ਦਾ ਸਿਸਟਮ ਚਲਾਇਆ ਐਨੇ 15 ਸਾਲ ਤੇ ਕਾਂਗਰਸ ਦੀ ਗੱਲ ਕਰ ਲੈਣ ਉਹਨਾਂ ਨੇ ਕਿਸ ਤਰ੍ਹਾਂ ਦਾ ਪੰਜਾਬ ਲਈ ਕੰਮ ਕੀਤਾ ਤੇ ਫਿਰ ਸਾਰਾ ਨਿਤਾਰਾ ਹੋ ਜਾਵੇਗਾ ਮੇਰਾ ਖਿਆਲ ਹੈ ਕਿ ਸੁਨੀਲ ਜਾਖੜ ਥੋੜੇ ਥੋੜੇ ਸਮੇਂ ਬਾਅਦ ਇਸ ਤਰ੍ਹਾਂ ਫਰਸਟ੍ਰੇਸ਼ਨ ਕੱਢਦੇ ਨੇ ਪਰ ਬਹੁਤ ਜ਼ਿਆਦਾ ਅਹਿਮੀਅਤ ਇਸ ਇਹਨਾਂ ਬਿਆਨਾਂ ਨੂੰ ਪੰਜਾਬੀ ਸ਼ਾਇਰੀ ਦੇਣਾ ਗੱਲ ਚੱਲ ਰਹੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਵੀ ਜਿਹੜੇ ਲੋਕ ਪੰਜਾਬ ਚੋਂ ਬਾਹਰ ਚਲੇ ਗਏ ਨੇ ਉਹ ਵੀ ਅਸੀਂ ਸਾਧ ਲੈਣੀ ਆ ਕਿਉਂਕਿ ਸਾਡ ਨੂੰ ਅਸੀਂ ਨੌਕਰੀਆਂ ਬੜੀਆਂ ਦੇ ਦੇੜੀਆਂ ਇਤੋਂ ਤੱਕ ਕਿ ਗੋਰੇ ਵੀ ਰੋਜ਼ਗਾਰ ਲੱਭਣ ਸਾਡੇ ਸੂਬੇ ਚ ਆਇਆ ਕਰਨਗੇ ਪਰ ਅਖਬਾਰਾਂ ਚ ਜਿਹੜੀਆਂ ਰਿਪੋਰਟਾਂ ਲੱਗੀਆਂ ਨੇ ਉਹ ਕੁਝ ਹੋਰ ਬਿਆਨ ਕਰਦੀਆਂ ਨੇ ਰਿਪੋਰਟਸ ਕਹਿੰਦੀਆਂ ਨੇ ਕਿ ਪੰਜਾਬ 3 ਕਰੋੜ ਦੀ ਆਬਾਦੀ ਵਾਲਾ ਸੂਬਾ ਤੇ ਹਰ ਚੌਥਾ ਬੰਦਾ ਪਾਸਪੋਰਟ ਚੁੱਕੀ ਫਿਰਦਾ ਬਾਹਰ ਜਾਣ ਨੂੰ ਕੀ ਕਹਿੰਦੀ ਹੈ ਜੀ ਪੂਰੀ ਰਿਪੋਰਟ ਇਹ ਗੱਲ ਠੀਕ ਹੈ ਜੀ ਸਰਕਾਰ ਤੋਂ ਪ੍ਰਾਪਤ ਅੰਕੜੇ ਮੁਤਾਬਕ ਇੱਕ ਵੱਡੀ ਖ਼ਬਰ ਸਮੂਹ ਦੀ ਰਿਪੋਰਟ ਆਈ ਹੈ ਉਸ ਮੁਤਾਬਕ 70-75 ਲੱਖ ਵਿਅਕਤੀ ਪਾਸਪੋਰਟ ਚੁੱਕੀ ਫਿਰਦੇ ਨੇ ਇਹਦੇ ਵਿੱਚ ਗਿਣਤੀ ਮਿੰਤੀ ਦਾ ਮੜਜਾ ਹਿਸਾਬ ਮੈਂ ਤੁਹਾਨੂੰ ਦੱਸ ਦੇਵਾਂ ਪੰਜਾਬ ਕੋਲ ਜਿੰਨੇ ਪਾਸਪੋਰਟ ਦਿੱਤੇ ਗਏ ਨੇ ਇੰਨੇ ਜ਼ਿਆਦਾ ਉਹਨਾਂ ਮੁਤਾਬਕ ਦੇਸ਼ ਭਰ ਦੇ ਵਿੱਚ ਜਿਹੜੇ ਪਾਸਪੋਰਟ ਨੇ ਤਕਰੀਬਨ 9.5 ਕਰੋੜ ਪੂਰੇ ਦੇਸ਼ 'ਚ ਪਾਸਪੋਰਟ ਹੈ ਤੇ ਜੇ ਉਹਦੇ ਵਿੱਚੋਂ 70-75 ਲੱਖ ਜਿਹੜਾ ਇਕੱਲੇ ਪੰਜਾਬ 'ਚ ਹੈ ਤੇ ਤੁਸੀਂ ਅੰਦਾਜ਼ਾ ਲਾ ਲਓ ਛੋਟਾ ਸੂਬਾ ਵਾਦੀ ਦੇ لحاظ ਨਾਲ ਵੀ ਸਾਹੀ ਦੇ ਹਿਸਾਬ ਨਾਲ ਕੇਰਲਾ ਦਾ ਵੀ ਨੰਬਰ ਪੰਜਾਬ ਤੋਂ ਉੱਪਰ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ ਕੇਰਲਾ ਦੀ ਆਬਾਦੀ ਥੋੜੀ ਜਿਹੀ ਵੱਧ ਹੈ ਪੰਜਾਬ ਤੋਂ 1.5 ਤੋਂ 3 ਕਰੋੜ ਦੇ ਆਸ-ਪਾਸ ਹੋਵੇਗੀ ਤੇ ਉਹ ਵੀ ਘੱਟੋ-ਘੱਟ ਜਿਹੜਾ ਹੈ 1 ਕਰੋੜ 12-13 ਲੱਖ ਦੇ ਕਰੀਬ ਪਾਸਪੋਰਟ ਉਹਨਾਂ ਦੇ ਕੋਲ ਨੇ ਕੇਰਲਾਈਟ ਲੋਕਾਂ ਦੇ ਕੋਲ ਕੇਰਲਾ ਦੇ ਵਸਨੀਕਾਂ ਕੋਲ ਇਸ ਤੋਂ ਬਾਅਦ ਮਹਾਰਾਸ਼ਟਰ ਦਾ ਨੰਬਰ ਆ ਜਾਂਦਾ ਫਿਰ ਉੱਤਰ ਪ੍ਰਦੇਸ਼ ਦਿੱਲੀ ਇਸ ਤਰ੍ਹਾਂ ਦੇ ਵੀ ਆਉਂਦੇ ਨੇ ਪਰ ਝੰਡੀ ਜਿਹੜੀ ਹੈ ਪੰਜਾਬ ਦੀ ਇਸ ਕਰਕੇ ਹੈ ਕਿ ਪੰਜਾਬ ਦੇ ਵਿੱਚ ਇਹ ਜੋ ਇੱਕ ਰੁਝਾਨ ਚੱਲਿਆ ਖਾਸ ਤੌਰ ਤੇ 2017 ਤੋਂ ਬਾਅਦ ਦੇ ਜਿਹੜੇ ਅੰਕੜੇ ਨੇ ਬੜੇ ਇੰਟਰਸਟਿੰਗ ਨੇ ਕਿ ਸਟੱਡੀ ਵੀਜ਼ਾ ਤੇ ਜਾਣ ਵਾਲਿਆਂ ਦਾ ਅੰਕੜਾ ਇੰਨੀ ਤੇਜ਼ੀ ਨਾਲ ਵਧਿਆ ਕਿ 2022 ਦੇ ਨਵੰਬਰ ਤੱਕ 7 ਲੱਖ 40 ਹਜ਼ਾਰ ਪਾਸਪੋਰਟ ਜਿਹੜੇ ਆ 2022 ਚ ਹੀ ਬਣ ਗਏ ਨੇ ਇਸ ਸਾਲ ਤੱਕ ਇਸੇ ਸਾਲ ਦੇ ਨਵੰਬਰ ਮਹੀਨੇ ਤੱਕ ਇਹ ਤੋਂ ਬਾਅਦ ਦਸੰਬਰ ਤੇ ਦਿਨਾਂ ਦੀ ਗਣਤੀ ਨਹੀਂ ਇਸ ਵਿੱਚ 2021 ਵਿੱਚ ਇਸ ਤੋਂ ਪਿਛਲੇ ਸਾਲ ਵਿੱਚ ਤਕਰੀਬਨ 6.5 ਲੱਖ ਪਾਸਪੋਰਟ ਪੰਜਾਬ ਦੇ ਵਿੱਚ ਬਣਿਆ ਸੀ ਜੇ ਜ਼ਿਲ੍ਹੇ ਵਾਰ ਨਜ਼ਰ ਮਾਰੀਏ ਤੇ ਜਲੰਧਰ ਜਿਹੜਾ ਤਕਰੀਬਨ 9.5 ਲੱਖ ਪਾਸਪੋਰਟ ਬਣਾ ਕੇ ਪਹਿਲੇ ਨੰਬਰ ਤੇ ਆ ਕੁੱਲ ਦੇ ਵਿੱਚੋਂ ਲੁਧਿਆਣਾ ਵਿੱਚ 7.5 ਲੱਖ ਹੁਸ਼ਿਆਰਪੁਰ ਵਿੱਚ 5.5 ਲੱਖ ਪਟਿਆਲੇ ਵਿੱਚ ਕੋਈ 4.5 ਲੱਖ ਇਸ ਤਰ੍ਹਾਂ ਦੀ ਗਿਣਤੀ ਮਿਲਦੀ ਹੈ ਹੁਣ ਇਹ ਹੈ ਕਿ ਪੰਜਾਬ ਵਿੱਚ ਪਾਸਪੋਰਟ ਬਣੇ ਨੇ ਪਰ ਜੇ ਜਿਸ ਪਰਪਸ ਲਈ ਪਾਸਪੋਰਟ ਬਣਾਇਆ ਜਾਂਦਾ ਹੈ ਜੇ ਉਹ ਪਰਪਸ ਨਾ ਸਿਰੇ ਲੱਗੇ ਤੇ ਉਸ ਮਸਲੇ ਨੂੰ ਜਿਹੜਾ ਅੱਗੇ ਨੇ ਵਿਚਾਰਿਆ ਜਾਂਦਾ ਉਹ ਰੀਨਿਊ ਨਹੀਂ ਕਰਵਾਇਆ ਜਾਂਦਾ ਇਹ ਵੀ ਜਿਹੜੇ ਇਹ ਵੀ ਕਾਰਨਿਕ ਸਾਹਮਣੇ ਆ ਸਾਰੇ ਪੰਜਾਬ ਦੇ ਵਿੱਚ ਤਕਰੀਬਨ 5.5 ਲੱਖ ਪਾਸਪੋਰਟ ਇਹ ਹੋ ਜਾ ਜਿਹਨੂੰ ਵੀਜ਼ਾ ਰਿਫਿਊਜ਼ਲ ਤੇ ਜਾਂ ਵੀਜ਼ਾ ਨਾ ਲੱਗਣ ਕਿਤੇ ਜਾਂ ਕਿਸੇ ਹੋਰ ਕਾਰਨ ਕਰਕੇ ਦੁਬਾਰਾ ਰੀਨਿਊ ਨਹੀਂ ਕੀਤਾ ਗਿਆ ਉਹ ਉਵੇਂ ਪੈ ਨੇ ਲੁਧਿਆਣੇ ਦੇ ਵਿੱਚ ਤਕਰੀਬਨ 1 ਲੱਖ ਪਾਸਪੋਰਟ ਗਿਲੰਦਰ ਵਿੱਚ ਕੋਈ 70000 ਹਾਰਪੁਰ ਚ 35000 ਜਿਹੜੇ ਪਾਸਪੋਰਟ ਨੇ ਉਹ ਰੀਨਿਊ ਨਹੀਂ ਹੋਏ ਹੁਣ ਗੱਲ ਇਹ ਹੈ ਕਿ ਇਸ ਤੋਂ ਹੋ ਕੀ ਰਿਹਾ ਹੈ ਪਲਾਨ ਕਰ ਰਹੇ ਨੇ ਵਿਦਿਆਰਥੀ ਵੱਡੇ ਪੱਧਰ ਤੇ ਮਾਹਰਾਂ ਦਾ ਇਹ ਕਹਿਣਾ ਹੈ ਕਿ ਜਦੋਂ ਇੱਕ ਥੋੜੀ ਉਮਰ ਦੇ ਵਿੱਚ ਇੱਕ ਵਿਦਿਆਰਥੀ ਨੂੰ ਜਿਹੜਾ ਵਿਦੇਸ਼ ਜਾਣ ਦਾ ਇਸ ਤਰ੍ਹਾਂ ਮੌਕਾ ਮਿਲਦਾ ਤਾਂ ਉਸ ਤੇ ਸੈਟਲ ਹੋਣ ਦੇ ਜਾਂ ਗੇਜ ਦੇ ਵਿੱਚ ਬੈਟਰ ਚਾਂਸਸ ਨੇ ਜਿਹੜਾ ਪਹਿਲਾ ਸਿਸਟਮ ਸੀ ਕਾਸਟ ਤੌਰ ਤੇ ਕੈਨੇਡਾ ਵਰਗੇ ਦੇਸ਼ਾਂ ਨੂੰ ਜਦੋਂ ਫੈਮਿਲੀ ਪਲਾਨ ਹੁੰਦਾ ਸੀ ਉਸ ਵਿੱਚ ਬਡੇਰੀ ਉਮਰ ਦੇ ਲੋਕ ਵੀ ਜਾਂਦੇ ਸੀ ਉਹਨਾਂ ਦੇਸ਼ਾਂ ਨੇ ਵੀ ਇਹ ਗੱਲ ਸਮਝੀ ਕਿ ਜਦੋਂ ਉੱਥੇ ਬਡੇਰੀ ਉਮਰ ਦੇ ਲੋਕ ਆਉਂਦੇ ਨੇ ਉਹ ਇੱਥੇ ਦੇ ਵਰਕ ਕਲਚਰ ਦੇ ਵਿੱਚ ਓਨਾ ਜ਼ਿਆਦਾ ਯੋਗਦਾਨ ਨਹੀਂ ਪਾਉਂਦੇ ਤੇ ਇੱਥੇ ਦੇ ਹੈਲਥ ਸਿਸਟਮ ਤੇ ਸੋਸ਼ਲ ਸਿਕਿਉਰਿਟੀ ਸਿਸਟਮ ਤੇ ਉਹਨਾਂ ਦਾ ਬਰਡਨ ਪੈਂਦਾ ਸਿੱਧੇ ਤੌਰ ਤੇ ਤਾਂ ਗੱਲ ਨਹੀਂ ਆਖੀ ਪਰ ਇਹ ਕਿਹਾ ਗਿਆ ਕਿਸ ਤਰ੍ਹਾਂ ਜਦੋਂ ਬਰਡਨ ਪੈਂਦਾ ਤਾਂ ਫਿਰ ਉਹਨਾਂ ਨੇ ਕਿਹਾ ਕਿ ਉਹ ਲੋਕ ਲਿਆਓ ਜਿਹੜੇ ਯੰਗ ਹੋਣ ਜਿਨ੍ਹਾਂ ਨੇ ਬਿਮਾਰ ਵੀ ਘੱਟ ਹੋਣਾ ਹੈ ਜਿਹੜੇ ਸਾਨੂੰ ਕੰਮ ਕਰਕੇ ਟੈਕਸ ਵੀ ਦੇਣ ਤੇ ਇੱਥੇ ਦੀ ਇਕਨੋਮੀ ਨੂੰ ਬਰੋਕਰਨ ਵਿੱਚ ਯੋਗਦਾਨ ਪਾਉਣ ਉਹਨਾਂ ਨੇ ਕੰਮ ਕਰਨਾ ਸੋ ਉਹਨਾਂ ਨੂੰ ਵੀ ਗੱਲ ਸਮਝ ਆਈ ਜਿਸ ਜਿਸ ਦੇ ਤਹਿਤ ਸਟੂਡੈਂਟ ਵੀਜ਼ਾ ਜਦ ਕੇ ਸਟੂਡੈਂਟ ਵੀਜ਼ੇ ਨੂੰ ਇਸ ਤਰ੍ਹਾਂ ਨਹੀਂ ਦੇਖਿਆ ਜਾਂਦਾ ਕਿ ਇਹ ਵਿਅਕਤੀ ਜਿਹੜੇ ਵਿਦਿਆਰਥੀ ਨੇ ਇੱਥੇ ਜਾ ਕੇ ਪੱਕੇ ਹੋ ਜਾਣਗੇ ਖਾਸ ਤੌਰ ਤੇ ਕੈਨੇਡਾ ਦੀ ਮੈਂ ਗੱਲ ਕਰ ਰਿਹਾ ਉਹਨਾਂ ਨੂੰ ਇਸ ਤਰ੍ਹਾਂ ਦੇਖਿਆ ਜਾਂਦਾ ਹੈ ਕਿ ਉਹ ਆ ਰਹੇ ਨੇ ਉਹਨੀਆਂ ਜਿਆਦਾ ਫੀਸਾਂ ਪੇ ਕਰ ਰਹੇ ਨੇ ਤੇ ਇੱਥੇ ਦੇ ਆ ਕੇ ਉਹਨਾਂ ਨੂੰ ਕੰਮ ਕਰਨ ਦੀ ਵੀ ਇਜਾਜ਼ਤ ਹੈ ਟੈਕਸ ਫਿਰ ਪੇ ਕਰ ਰਹੇ ਨੇ ਹੁਣ ਉਹਨਾਂ ਦੇ ਹਾਵਰ ਵੀ ਵਧਾ ਦਿੱਤੇ ਗਏ ਨੇ ਤੇ ਨਾਲ ਜੋ ਇੱਕ 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 ਸਿਸਟਮ ਹੈ ਇੱਥੇ ਦਾ ਕਿ ਜੋ ਇਕਨੋਮੀ ਇੱਕ ਦੂਸਰੇ ਦੇ ਨਾਲ ਮਿਲ ਕੇ ਚੱਲਦੀ ਹੈ ਕਾਲਜ ਯੂਨੀਵਰਸਿਟੀਆਂ ਉਹਨਾਂ ਦੇ ਸਟਾਫ ਉਹਨਾਂ ਦੇ ਫੈਕਲਟੀਜ਼ ਸਭ ਕੁਝ ਨੂੰ ਫਿਰ ਜਿਹੜਾ ਹੈ ਸਪੋਰਟ ਕਰਦੇ ਨੇ ਉਹ ਪੈਸਾ ਜਿਹੜਾ ਹੈ ਇਨਫਲਕਸ ਹੁੰਦੀ ਹੈ ਉਸ ਦੀ ਤੋਂ ਸੋ ਉਸ ਨਾਲ ਰੋਜ਼ਗਾਰ ਵੀ ਪੈਦਾ ਹੁੰਦਾ ਜੇ ਅਸੀਂ ਪੰਜਾਬ ਦੀ ਗੱਲ ਕਰ ਲਈਏ ਤੇ ਪੰਜਾਬ ਦੇ ਵਿੱਚ ਰੁਝਾਨ ਬਹੁਤ ਜ਼ਿਆਦਾ ਹੈ ਕੋਈ ਸਮਾਂ ਸੀ ਜਦੋਂ ਪੰਜਾਬ ਦੇ ਵਿੱਚ ਜਦੋਂ ਹਾਲਾਤ ਬਹੁਤੇ ਚੰਗੇ ਨਹੀਂ ਸੀ ਉਦੋਂ ਤੋਂ ਜ਼ਿਆਦਾ ਰੁਝਾਨ ਹੈ ਵਧਿਆ ਤੇ ਫਿਰ ਉਹ ਫੈਮਲੀ ਜਿਹੜਾ ਹੈ ਫੈਮਲੀ ਬੇਸਿਸ ਤੇ ਬਾਹਰ ਨੂੰ ਜਾਣ ਵਾਲੇ ਦੀ ਗਿਣਤੀ ਬਹੁਤ ਜ਼ਿਆਦਾ ਤੇਜ਼ੀ ਨਾਲ ਵਧੀ ਉਸ ਵਿੱਚ ਦੇਸ਼ਾਂ ਨੇ ਤਬਦੀਲੀ ਕਰਕੇ ਹੌਲੀ-ਹੌਲੀ ਜਿਹੜਾ ਹੈ ਇਹ ਨਵੇਂ ਸਿਸਟਮ ਨੂੰ ਜਿਹੜਾ ਜਨਮ ਦਿੱਤਾ ਜਿਸ ਦੇ ਤਹਿਤ ਯੂਥ ਜਿਹੜਾ ਹੈ ਉਹ ਇਸ ਵੇਲੇ ਬਹੁਤ ਜ਼ਿਆਦਾ ਪੰਜਾਬ ਦੇ ਵਿੱਚੋਂ ਬਾਹਰ ਜਾਣ ਲਈ ਤਿਆਰ ਹੈ ਤੁਸੀਂ ਜਿਹੜੀ ਗੱਲ ਕੀਤੀ ਸੀ ਭਗਵੰਤ ਮਾਨ ਹੁਣਾ ਦੀ ਮੈਂ ਜੇ ਸੱਚ ਪੁੱਛਾਂ ਤੇ ਮੈਨੂੰ ਹਾਸੋਫੇ ਨਹੀਂ ਗੱਲ ਚਾਪਦੀ ਆ ਅੱਜ ਦੇ ਸੰਦਰਭ ਦੇ ਵਿੱਚ ਜਿਸ ਸਮੱਸਿਆਵਾਂ ਗੰਢ ਲੱਗੀਆਂ ਪੰਜਾਬ ਦੀਆਂ ਤੇ ਇੰਨੀਆਂ ਜ਼ਿਆਦਾ ਕਿ ਪੰਜਾਬ ਦੀਆਂ ਨੇ ਪੂਰੇ ਭਾਰਤ ਦੀਆਂ ਇਸੇ ਤਰ੍ਹਾਂ ਦੇ ਮੁਲਕਾਂ ਦੇ ਇਹੋ ਜਿਹੇ ਹੋਣ ਗਿਆ ਇਹ ਡਿਬੇਟ ਵੀ ਨਾਲ ਨਾਲ ਚੱਲ ਰਹੀ ਹੈ ਕਿ ਕਿਉਂ ਬਾਹਰ ਜਾਣਾ ਕੀ ਕਰਨਾ ਬਾਹਰ ਜਾ ਕੇ ਬਹੁਤ ਸਾਰੇ ਵਿਅਕਤੀ ਇਸ ਵੇਲੇ ਸੰਸਥਾਵਾਂ ਇਹੋ ਜਿਹੀਆਂ ਨੇ ਕਿ ਬੁੱਧੀਜੀਵੀ ਮਾਹਿਰ ਇਹ ਗੱਲ ਬਾਰ-ਬਾਰ ਕਰਦੇ ਨੇ ਕਿ ਕੀ ਲੈਣਾ ਹੈ ਕੀ ਖਟਿਆ ਹੈ ਕੀ ਕੀ ਬੈਠਾ ਹੈ ਬਾਹਰ ਜੋ ਇੱਥੇ ਨਹੀਂ ਹੈ ਕਿਉਂ ਲਾਲਚ ਵਿੱਚ ਪਏ ਹੋ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਪਰ ਜਿਹੜਾ ਪੰਜਾਬ ਸਰਕਾਰ ਵੱਲੋਂ ਇਹ ਗੱਲ ਕਰਨੀ ਕਿ ਰੋਜ਼ਗਾਰ ਬਾਹਰ ਬਾਹਰਲੇ ਵੀ ਆ ਜਾਣ ਇੱਥੇ ਵਾਪਸ ਆ ਜਾਣ ਉਹਨਾਂ ਨੂੰ ਬੇਰੋਜ਼ਗਾਰ ਦੇਵਾਗੇ ਕੋਰੇ ਵੀ ਰੋਜ਼ਗਾਰ ਲੈਣ ਹੋਣਗੇ ਇਸ ਤਾਂ ਸੁਰਜੀਤ ਸਿੰਘ ਰਖੜਾ ਅਕਾਲੀ ਮੰਤਰੀ ਸੀ ਸਾਹਿਬ ਕਾ ਉਹ ਕਹਿੰਦੇ ਸੀ ਕਿ ਸਾਡਾ ਪੰਜਾਬ ਦਾ ਮੁਕਾਬਲਾ ਹੁਣ ਭਾਰਤ ਦੇ ਬਾਕੀ ਸੂਬਿਆਂ ਨਾਲ ਨਹੀਂ ਰਿਹਾ ਇਹ ਤੇ ਜਿਹੜਾ ਕੈਲੀਫੋਰਨੀਆ ਵਗੈਰਾ ਜਾਂ ਅਮਰੀਕਾ ਦਾ ਵੱਡਾ ਸੂਬਾ ਹੈ ਉਹਨਾਂ ਨਾਲ ਸਾਡਾ ਮੁਕਾਬਲਾ ਕਰੋ ਅਸੀਂ ਉਹਦੇ ਬਰਾਬਰ ਹੁਣ ਖੜਦੇ ਆ ਇਸ ਲੈਵਲ ਦਾ ਪੰਜਾਬ ਨੂੰ ਕਰ ਲਿਆ ਪਰ ਮੈਂ ਸਮਝਦਾ ਕਿ ਬਹੁਤ ਜ਼ਿਆਦਾ ਦੂਰ ਹੈ ਦਿੱਲੀ ਮੁਹਾਵਰਤਨ ਮੈਂ ਗੱਲ ਕਰ ਰਿਹਾ ਬਹੁਤ ਜ਼ਿਆਦਾ ਦੂਰ ਹੈ ਇਸ ਬਾਰੇ ਕੋਈ ਇਹ ਰੱਖ ਲੈਣਾ ਤੇ ਇਹ ਇੱਕ ਮੈਂ ਸਮਝਦਾ ਕਿ ਬੜਾ ਬਹੁਤ ਅਵਲੀ ਜੀ ਸੋਚ ਹੋਵੇਗੀ ਇਹ ਦਿਸਦਾ ਨਹੀਂ ਹੈ ਕਿਤੇ ਵੀ ਕਿ ਇਸ ਤਰ੍ਹਾਂ ਹੋਵੇਗਾ ਪੰਜਾਬ ਦੇ ਵਿੱਚ ਪਾਸਪੋਰਟ ਬਣਨੇ ਅਜੇ ਇਸ ਤਰ੍ਹਾਂ ਜਾਰੀ ਰਹਿਣਗੇ ਜੇ ਕੋਈ ਇਸ ਦੇ ਵਿੱਚ ਰੋਜ਼ਗਾਰ ਪੈਦਾ ਹੋ ਰਿਹਾ ਤਾਂ ਉਹ ਇਹ ਹੈ ਕਿ ਪਾਸਪੋਰਟ ਬਣਾਉਣ ਵਾਲਿਆਂ ਵਿੱਚ ਮਦਦ ਕਰਨ ਵਾਲੇ ਜਿਵੇਂ ਵਿਦੇਸ਼ ਮੰਤਰਾਲੇ ਉਹਨਾਂ ਨੂੰ ਪੁਲਿਸ ਵੈਰੀਫਿਕੇਸ਼ਨ ਸਾਰੇ ਬਿਜ਼ੀ ਹੋਏ ਪੈ ਨੇ ਸਰਕਾਰ ਨੂੰ ਆਮਦਨ ਵੀ ਕੋਈ ਹੋ ਰਹੀ ਹੈ ਕੋਈ ਵੱਟੀ ਗੱਲ ਨਹੀਂ ਕਿ ਪੁਲਿਸ ਵੈਰੀਫਿਕੇਸ਼ਨ ਜਾਂ ਹੋਰ ਕਿਸੇ ਚੀਜ਼ ਤੇ ਕੋਈ ਫੀਸ ਵਗੈਰਾ ਜਿਹੜੀ ਹੈ ਪੰਜਾਬ ਸਰਕਾਰ ਰੱਖ ਦੇਵੇ ਤਾਂ ਉਹ ਮਹਿੰਗਾ ਕੰਮ ਹੋਵੇ ਕਿਉਂਕਿ ਕਾਫੀ ਸਾਰਾ ਸਟਾਫ ਜਿਹੜਾ ਇਸੇ ਕੰਮ ਤੇ ਲਾਉਣਾ ਪੈਂਦਾ ਪਾਸਪੋਰਟ ਦਫਤਰਾਂ ਦੇ ਬਾਹਰ ਤੁਸੀਂ ਲੰਘਦੇ ਹੋ ਤੇ ਉੱਥੇ ਉੱਥੇ ਬਾਹਰ ਬਿਅਕਤੀਆਂ ਦੀਆਂ ਕਤਾਰਾਂ ਤੇ ਕੋਈ ਪੌੜੀਆਂ ਤੇ ਬੈਠਾ ਹੈ ਕੋਈ ਕਿਤੇ ਬੈਠਾ ਤੁਹਾਨੂੰ ਦਾਦਾ ਹੋ ਜਾਂਦਾ ਕਿ ਇੱਥੇ ਕੀ ਹੋ ਰਿਹਾ ਹੈ ਅਸਲੀਅਤ ਇਹੋ ਹੀ ਆ ਸਾਡੇ ਪੰਜਾਬ ਦੀ ਜਾਂ ਮੁਲਕ ਦੀ ਕਿ ਜੋ ਪੰਜਾਬੀ ਨੇ ਇਸ ਵੇਲੇ ਬਾਹਰ ਜਾਣ ਨੂੰ ਤਿਆਰ ਬੈਠੇ ਨੇ ਤੇ 에ਅਰਪੋਰਟ ਜਿਹੜੀ ਆ ਉਸ ਤੇ ਮੋਰ ਲਾਉਂਦੀ ਇੱਕ ਰੋਲਾ ਹੋਰ ਬਹੁਤ ਜ਼ਿਆਦਾ ਪਿਆ ਆ ਕਿ ਪੰਜਾਬ ਦਾ ਪਾਣੀ ਨਾ ਪੀਓ ਕੌਣ ਪਾ ਰਿਹਾ ਰੋਲਾ ਤੇ ਸਚਾਈ ਕੀ ਹੈ ਪੰਜਾਬ ਦੇ ਪਾਣੀਆਂ ਦਾ ਰੌਲਾ ਅਸਲ ਵਿੱਚ ਜ਼ੀਰੇ ਦੇ ਵਿੱਚ ਜਿਹੜੀ ਫੈਕਟਰੀ ਹੈ ਮਾਲ ਬਰੋਜ਼ ਮਾਲ ਬਰੋਜ਼ ਮਾ ਮਲਹੋਤਰਾ ਬਰੋਜ਼ ਬਰਦਰਸ ਪੁਨਾ ਦਾ ਇਹ ਪਲਾਂਟ ਹੈ ਡਿਸਟਿਲਰੀ ਹੈ ਉਸ ਨੂੰ ਜਿੱਥੇ ਸ਼ਰਾਬ ਦਾ ਕਾਰਖਾਨਾ ਹੈ ਪੰਜਾਬ ਦੇ ਵਿੱਚ ਇੱਕ ਨਹੀਂ ਪੰਜਾਬ ਦੇ ਵਿੱਚ ਸ਼ਰਾਬ ਦੇ ਅਨੇਕਾਂ ਕਾਰਖਾਨੇ ਨੇ ਤਕਰੀਬਨ ਤਕਰੀਬਨ ਜਿੰਨੀਆਂ ਪ੍ਰਾਈਵੇਟ ਖੰਡ ਮਿਲਾਂ ਨੇ ਪੰਜਾਬ ਦੇ ਵਿੱਚ 슈ਗਰ ਮਿਲਸ ਨੇ ਉਹਨਾਂ ਸਾਰਿਆਂ ਦੇ ਵਿੱਚ ਡਿਸਟਿਲਰੀਜ਼ ਲੱਗੀਆਂ ਹੋਈਆਂ ਤੇ ਪਾਵਰ ਪਲਾਂਟ ਵੀ ਲੱਗੇ ਹੋ ਰਹੇ। ਕਿਉਂਕਿ ਸਿੱਧਾ ਗੰਨੇ ਦੇ ਨਾਲ ਗੋੜ ਸੀਰੀਏ ਦੇ ਨਾਲ ਸੰਬੰਧ ਹੈ। ਉੱਥੋਂ ਬਣਦੀ ਹੈ ਤੇ ਫਿਰ ਉੱਥੇ ਸੌਖਾ ਹੁੰਦਾ ਉਸਨੂੰ ਪ੍ਰੋਸੈਸ ਕਰਨਾ ਤੇ ਕੰਮ ਕੀਤਾ ਜਾਂਦਾ। ਇੱਕ ਵੀ ਪੰਜਾਬ ਦੀ ਉਹ ਮਿਲ ਜੋ ਪ੍ਰਾਈਵੇਟ ਹੈ। ਉਹਨਾਂ ਦੇ ਉਹਨਾਂ ਪ੍ਰਾਈਵੇਟ ਮਿਲਾਂ ਬਣੋਂ ਇੱਕ ਵੀ ਜਿਹੜੀ ਸ਼ਰਾਬ ਨਹੀਂ ਬਣਾਉਂਦੀ ਉਸਦੇ ਆਲੇ-ਦੁਆਲੇ ਦੇ ਲੋਕਾਂ ਨੂੰ ਤੁਸੀਂ ਪੁੱਛ ਕੇ ਵੇਖ ਲਓ ਉਹਨਾਂ ਨੂੰ ਸ਼ਿਕਾਇਤ ਕਿੰਨੀ ਕਰਨੀ ਹੈ। ਹੂੰ ਹੂੰ। ਪਾਣੀ ਗੰਧਲਾ ਹੋ ਚੁੱਕਾ ਹੈ। ਪਿਊਬਲਾਨ ਗਲਕੀਆਂ ਦੇ ਵਿੱਚੋਂ ਗਦੜਾ ਪਾਣੀ ਨਿਕਲਦਾ ਮੱਖੀਆਂ ਦੀ ਭਰਮਾਰ ਹੈ 스멜 ਆਉਂਦੀ ਹੈ ਤੇ ਹੋਰ ਆਵਾਜਾਈ ਜਿਹੜੀ ਪ੍ਰਭਾਵਿਤ ਹੁੰਦੀ ਹੈ ਜਾਂ ਹੋਰ ਪਿੰਡੂ ਖੇਤਾਂ ਦੇ ਵਿੱਚ ਇਹ ਪਲਾਂਟ ਜਿਹੜੇ ਲੱਗੇ ਹੋਏ ਨੇ ਉਹਨਾਂ ਨਾਲ ਕਿੰਨਾ ਕੋਈ ਜਿਹੜਾ ਉਹ ਅਨਸੈਟਲ ਹੁੰਦਾ ਸਾਰਾ ਕੁਝ ਇਕੋਸਿਸਟਮ ਸਾਡਾ ਖਰਾਬ ਹੋ ਰਿਹਾ ਉਹਦੇ ਬਾਰੇ ਵੀ ਗੱਲ ਕੀਤੀ ਜਾ ਸਕਦੀ ਜੀ ਹੁਣ ਗੱਲ ਇਹ ਹੈ ਕਿ ਪੰਜਾਬ ਦੇ ਪਾਣੀਆਂ ਦਾ ਮੁੱਦਾ ਜਿਹੜਾ ਉਹ ਪਾਰਲੀਮੈਂਟ ਦੇ ਵਿੱਚ ਉਠਾਇਆ ਸਾਡੇ ਗੁਰਜੀਤ ਸਿੰਘ ਔਇਲਾ ਜਿਹੜੇ ਮੈਂਬਰ ਪਾਰਲੀਮੈਂਟ ਨੇ ਅੰਮ੍ਰਿਤਸਰ ਤੋਂ ਹੂੰ ਉਹਨਾਂ ਨੇ ਜਿਹੜੀ ਗੱਲ ਕੀਤੀ ਆ ਉਹ ਕਹਿੰਦੇ ਕਿ ਉਹਨਾਂ ਨੇ ਉਹਨਾਂ ਦੇ ਸਾਥੀਆਂ ਨੇ ਵੀ ਹਮਾਇਤ ਕੀਤੀ ਹੈ ਕਿ ਪੰਜਾਬ ਦਾ ਪਾਣੀ ਖਰਾਬ ਹੋ ਰਿਹਾ ਪੰਜਾਬ ਦੇ ਪਾਣੀਆਂ ਨੂੰ ਬਚਾਓ ਤੇ ਲੋਕ ਮਰ ਰਹੇ ਨੇ ਉਹਨਾਂ ਨੇ ਜ਼ਿਲ੍ਹਿਆਂ ਦੀ ਉਦਾਹਰਣ ਦੇ ਕੇ ਅੰਮ੍ਰਿਤਸਰ ਦਾ ਵੀ ਜ਼ਿਕਰ ਕੀਤਾ ਜਿਸ ਵਿੱਚ ਕੋਲਪੁਰ ਦਾ ਵੀ ਜ਼ਿਕਰ ਕੀਤਾ ਗੜਸ਼ੰਕਰ ਦਾ ਵੀ ਜ਼ਿਕਰ ਕੀਤਾ ਜਿੱਥੇ ਜਿੱਥੇ ਵੱਡੀਆਂ ਇਸ ਤਰ੍ਹਾਂ ਦੀਆਂ ਫੈਕਟਰੀਆਂ ਲੱਗੀਆਂ ਹੋਈਆਂ ਨੇ ਕੱਲੀਆਂ ਡਿਸਟਿਲਰੀਜ਼ ਨਹੀਂ ਹੋਰ ਵੀ ਬਹੁਤ ਸਾਰੀਆਂ ਫੈਕਟਰੀਆਂ ਨੇ ਤੁਹਾਨੂੰ ਯਾਦ ਆਵੇਗਾ ਕੋਈ ਸਾਲ ਪਹਿਲਾਂ ਬਿਆਸ ਦਰਾ ਦੇ ਵਿੱਚ ਇੱਕ ਇਸੇ ਤਰ੍ਹਾਂ 슈ਗਰ ਫੈਕਟਰੀ ਦਾ ਇੱਕ ਸੀਰੇ ਦਾ ਟੈਂਕ ਜਿਹੜਾ ਸੀ ਰੁੜ ਗਿਆ ਸੀ ਜਿਸ ਨਾਲ ਦਰਿਆ ਦੇ ਵਿੱਚ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਪੁਰਾਣੀਆਂ ਪ੍ਰਜਾਤੀ ਵਾਲੀਆਂ ਮੱਛੀਆਂ ਮਾਰੀਆਂ ਗਈਆਂ ਸੀ ਫਿਰ ਉਹਨਾਂ ਨੂੰ ਜੁਰਮਾਨਾ ਹੋਇਆ ਕਿ ਨਹੀਂ ਹੋਇਆ ਉਸ ਦਾ ਕੀ ਬਣਿਆ ਇਹ ਸਾਰਾ ਕੁਝ ਪਿਛਲੀਆਂ ਸਰਕਾਰਾਂ ਦੇ ਵੇਲੇ ਹੁੰਦਾ ਰਿਹਾ ਹੁਣ ਵੀ ਹੋ ਰਿਹਾ ਜੀਰੇ ਦੇ ਵਿੱਚ ਜਦੋਂ ਪ੍ਰਦਰਸ਼ਨਕਾਰੀਆਂ ਨੂੰ ਉਠਾ ਦਿੱਤਾ ਜਾਂਦਾ ਉਸ ਤੋਂ ਬਾਅਦ ਰੌਲਾ ਉੱਠਦਾ ਕਿ ਉਹ ਅਕਸਰ ਲੋਕ ਦੁਖੀ ਹੋ ਕੇ ਕਿਉਂ ਬੈਠੇ ਹੋਏ ਸੀ ਉੱਥੇ ਉਸ ਫੈਕਟਰੀ ਤੇ ਦੋਸ਼ ਲੱਗਦਾ ਰਿਹਾ ਕਿ ਉਹ ਗੰਦਲਾ ਪਾਣੀ ਜਿਹੜਾ ਉਹ ਆਮ ਜਿਹੜਾ ਉਹ ਬਾਰਸੂ ਟਰੈ ਹੈ ਨੇ ਪਿੰਡਾਂ ਵੱਲ ਨੂੰ ਤੇ ਉਸ ਨੂੰ ਸਾਹਮਣ ਵਾਲਾ ਕੋਈ ਨਹੀਂ ਹੈ ਤੇ ਆਪਣੇ ਪੈਸੇ ਵਟਵਟ ਕੇ ਜੇਬ ਵਿੱਚ ਪਾ ਰਹੇ ਨੇ ਉਹਨਾਂ ਨੂੰ ਪੁੱਛਿਆ ਕਿਉਂ ਨਹੀਂ ਜਾਂਦਾ ਅਕਸਰ ਉਹਨਾਂ ਕੋਲ ਪੋਲੂਸ਼ਨ ਕੰਟਰੋਲ ਬੋਰਡ ਕੇਂਦਰ ਸਰਕਾਰ ਦੀਆਂ ਹੋਰ ਡਿਪਾਰਟਮੈਂਟਸ ਨਹੀਂ ਆ ਵੱਡੀਆਂ ਵੱਡੀਆਂ ਐਨਓਸੀਜ਼ ਨੇ ਉਹ ਕੰਮ ਕਰ ਰਹੇ ਨਹੀਂ ਜੇ ਨਿਗਰਾਨੀ ਨਹੀਂ ਰੱਖੀ ਜਾ ਰਹੀ ਤੇ ਫਿਰ ਜ਼ਿੰਮੇਵਾਰ ਕੌਣ ਹੋਇਆ ਗੁਰਜੀਤ ਸਿੰਘ ਔਇਲਾ ਦਾ ਇਹ ਕਹਿਣਾ ਕਿ ਉੱਥੇ ਪੰਜਾਬ ਦੇ ਵਿੱਚ ਮਰ ਰਹੇ ਨੇ ਗੱਲ ਉਹਨਾਂ ਦੀ ਠੀਕ ਹੈ ਪੰਜਾਬ ਦੇ ਪਾਣੀਆਂ ਨੇ ਇਸ ਵੇਲੇ ਕੰਮ ਜਿਹੜਾ ਖਰਾਬ ਹੋ ਰਿਹਾ ਪੰਜਾਬ ਦਾ ਨਾਂ ਹੈ ਜਿਸ ਦਾ ਪਾਣੀ ਦੇ ਉੱਪਰ ਹੈ ਨਾਂ ਦੇ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੇ ਪਾਣੀ ਤੇ ਅਸੀਂ ਕਦੀ ਬਹੁਤ ਮਾਣ ਕਰਿਆ ਕਰਦੇ ਸੀ ਉਹ ਡੂੰਗਾ ਵੀ ਹੋ ਰਿਹਾ ਤੇ ਗੰਧਲਾ ਵੀ ਹੋ ਰਿਹਾ ਇਹ ਬਹੁਤ ਮਾੜੀ ਗੱਲ ਹੈ। ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਨੇ ਉਹ ਕਹਿੰਦੇ ਨੇ ਕਿ ਕਿ ਉਹਨਾਂ ਨੇ ਪੰਜਾਬ ਦੇ ਪਾਣੀਏ ਦੀ ਵੀ ਗੱਲ ਕੀਤੀ ਤੇ ਨਾਲ ਉਹਨਾਂ ਨੇ ਕਿਹਾ ਕਿ ਦੇਖੋ ਜੀ ਇਹ ਜਿਹੜਾ ਸ਼ਾਂਤ ਮਈ ਧਰਨੇ ਦੇ ਉੱਪਰ ਜਿਹੜਾ ਜਿਹੜਾ ਪੁਲਿਸ ਦਾ ਹਤਿਆਚਾਰ ਜਿਹੜਾ ਇਹ ਬਹੁਤ ਮਾੜਾ ਹੈ। ਠੀਕ ਹੈ ਸ਼ਾਂਤ ਮਈ ਧਰਨੇ ਨੂੰ ਕਿਵੇਂ ਉਠਾਉਣਾ ਤੇ ਕਿਵੇਂ ਖਦੇਣਨਾ ਇਹਦੇ ਬਾਰੇ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈ ਉਹ ਚੰਗੀ ਤਰ੍ਹਾਂ ਜਾਣਦੀ ਹੈ। ਬਰਗਾੜੀ ਮੋਰਚਾ ਬਾਬਲ ਕਲਾਂਕ ਉਹ ਤੋਂ ਪੂਰਾ ਸਾਰਾ ਉਹਨਾਂ ਨੇ ਕਿਵੇਂ ਖਦੇੜਿਆ ਸੀ ਸਾਰਾ ਉਹਨੂੰ ਪਤਾ ਹੋਣਾ ਕਿ ਕਿਸ ਤਰ੍ਹਾਂ ਤੇ ਕਿਉਂ ਕੀਤਾ ਜਾਂਦਾ ਤੇ ਉਹ ਸ਼ਾਂਤਮਈ ਸਨ ਕਿ ਨਹੀਂ ਸਨ ਹੁਣ ਮੈਂ ਇਹ ਨਹੀਂ ਕਹਿ ਰਿਹਾ ਕਿ ਕਿਸਾਨਾਂ ਨੂੰ ਉੱਥੋਂ ਖਦੇੜਨਾ ਸਰਕਾਰ ਦਾ ਜਾਇਜ਼ ਸੀ ਪਰ ਨਾਲਾਇਕੀਆਂ ਨੇ ਸਾਡੀਆਂ ਕਲੈਕਟਿਵ ਨਾਲ ਨਾਲਾਇਕੀਆਂ ਨੇ ਜਿਸ ਵਿੱਚ ਅਸੀਂ ਖੁਦ ਵੀ ਸ਼ਾਮਲ ਹਾਂ ਇੱਕ ਇੱਕ ਵਿਅਕਤੀ ਸਾਡੇ ਵਿੱਚੋਂ ਸ਼ਾਮਲ ਹੈ ਅਸੀਂ ਜਿਹੜਾ ਕੂੜਾ ਹੈ ਜਿਸ ਵਿੱਚ ਪਲਾਸਟਿਕ ਵੇਸਟ ਹੈ ਜਾਂ ਗੰਦਲਾ ਪਾਣੀ ਹੈ ਅਸੀਂ ਉਸ ਨੂੰ ਕਹਿ ਦਿੰਦੇ ਹਾਂ ਕਿ ਮੇਰੇ ਘਰ ਤੋਂ ਪਰੇ ਕਿੱਥੇ ਨਿਕਲ ਜਾਵੇ ਉਹ ਤੇ ਫਿਰ ਠੀਕ ਆ ਫਿਰ ਮੇਰੀ ਇਹ ਮੇਰੀ ਅੱਖਾਂ ਤੋਂ ਉਹਲੇ ਹੋ ਜਵੇ ਪਾਈ ਪਾ ਕੇ ਕਦੇ ਦੂਰ ਡੂੰਘੇ ਥਾਂ ਤੇ ਇਸ ਨੂੰ ਕੱਢ ਦਿੱਤਾ ਜਾਵੇ ਫੇਰ ਨਹੀਂ ਮੈਨੂੰ ਫਿਕਰ ਇਸ ਦਾ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਛੱਪੜ ਓਵਰਫਲੋ ਹੋ ਰਹੇ ਨੇ ਜਦੋਂ ਦੀਆਂ ਪਾਣੀ ਦੀਆਂ ਟੈਂਕੀਆਂ ਲਾਉਣ ਦਾ ਕੰਮ ਚੱਲਿਆ ਡੂੰਘੇ ਬੋਰ ਕਰਕੇ ਪਾਣੀ ਦੀਆਂ ਟੈਂਕੀਆਂ ਦਾ ਸਿਸਟਮ ਤਾਂ ਪੰਜਾਬ ਦੇ ਪਿੰਡਾਂ ਵਿੱਚ ਦੇ ਦਿੱਤਾ ਗਿਆ ਪਰ ਪਾਣੀ ਦੀ ਸੀਵਰੇਜ ਦੀ ਸੀਪੇਜ ਦੀ ਨਿਕਾਸੀ ਦਾ ਕੋਈ ਪੱਕਾ ਪ੍ਰਬੰਧ ਨਹੀਂ ਹੈ ਕੋਈ ਡੂੰਗੀ ਥਾਂ ਦੇਖ ਕੇ ਪਿੰਡੋਂ ਹਟਮੀ ਕੋਈ ਹਿੰਮਤ ਵਾਲੇ ਪਿੰਡ ਵਾਲੇ ਲੋਕ ਜਿਹੜੇ ਆ ਉੱਥੇ ਟੋਆ ਪੁੱਟ ਕੇ ਤੇ ਕਿਸੇ ਤਰੀਕੇ ਨਾਲ ਪਾਣੀ ਇਕੱਤਰ ਕਰ ਦਿੰਦੇ ਨੇ ਉਹ ਐਵੇਂ ਹੀ ਖੁੱਲਾ ਪਿਆ ਰਹਿੰਦਾ ਟ੍ਰੀਟਮੈਂਟ ਪਲਾਂਟ ਕਿਤੇ ਕਿਤੇ ਲੱਗੇ ਹੋਏ ਨੇ ਸਰਕਾਰੀ ਇੱਛਾ ਸ਼ਕਤੀ ਦੀ ਬਹੁਤ ਵੱਡੇ ਪੱਧਰ ਤੇ ਘਾਟ ਹੈ ਪੰਜਾਬ ਵਿੱਚ ਪਾਣੀ ਜਿਹੜਾ ਉਹ ਸਾਹਮਣੇ ਦੀ ਲੋੜ ਹੈ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਸੀਵਰੇਜ ਦਾ ਸਿਸਟਮ ਜਿਹੜਾ ਹੈ ਵਿਦੇਸ਼ ਦੇ ਵਿੱਚ ਕੈਨੇਡਾ ਤੋਂ ਖਬਰ ਆ ਰਹੀ ਸੀ ਕਿ ਕੈਲਗਰੀ ਸ਼ਹਿਰ ਦੇ ਵਿੱਚ ਜੋ ਕੋਵਿਡ ਦੀ ਟੈਸਟਿੰਗ ਹੋ ਰਹੀ ਹੈ ਉਸ ਦਾ ਤਰੀਕਾ ਸੁਣੋ ਤੁਸੀਂ ਕੋਵਿਡ ਦੀ ਟੈਸਟਿੰਗ ਦਾ ਤਰੀਕਾ ਇਹ ਹੈ ਕਿ ਵੱਖਰੇ ਵੱਖਰੇ ਇਲਾਕਿਆਂ ਚੋਂ ਸ਼ਹਿਰ ਦੇ ਵੱਖਰੇ ਵੱਖਰੇ ਇਲਾਕਿਆਂ ਚੋਂ ਜੋ ਸੀਵਰੇਜ ਜਿਸ ਜਗ੍ਹਾ ਤੇ ਆਉਂਦਾ ਹੈ ਟ੍ਰੀਟਮੈਂਟ ਪਲਾਂਟ ਜਿੱਥੇ ਲੱਗੇ ਹੋਏ ਨੇ ਉੱਥੇ ਉਹਨਾਂ ਦਾ ਸੀਵਰੇਜ ਦੇ ਵਿੱਚੋਂ ਜਿਹੜਾ ਹੈ ਸਿੰਪਲ ਲੈ ਕੇ ਕੋਵਿਡ ਦੀ ਟੈਸਟਿੰਗ ਤੇ ਹੋਰ ਵਾਇਰਸ ਦੀ ਟੈਸਟਿੰਗ ਕੀਤੀ ਜਾਂਦੀ ਹੈ ਕਿ ਕੀ ਇਸ ਇਲਾਕੇ ਦੇ ਲੋਕਾਂ ਦੇ ਵਿੱਚ ਵਾਇਰਸ ਜ਼ਿਆਦਾ ਤਾਂ ਨਹੀਂ ਫੈਲਿਆ ਹੋਇਆ ਇਸ ਲੈਵਲ ਦਾ ਕੰਮ ਉੱਥੇ ਹੋ ਰਿਹਾ ਤੇ ਅਸੀਂ ਅਜ ਕਿੱਥੇ ਬੈਠੇ ਹੋਏ ਹਾਂ ਪੰਜਾਬ ਦੇ ਵਿੱਚ ਦੇ ਹੋਰ ਨਾ ਭਰਦੇ ਸੂਬਿਆਂ ਵਿੱਚ ਹੂੰ ਦਿੱਲੀ ਦਾ ਕੀ ਹਾਲ ਹੈ ਹੋਰ ਮਹਾਨਗਰਾਂ ਦਾ ਕੀ ਹਾਲ ਹੈ ਝੂਠ ਮੂਠ ਦੀ ਰੇਟਿੰਗ ਜਿਹੜੀ ਹੈ ਸਵਸ਼ ਭਾਰਤ ਦੇ ਨਾਂ ਤੇ ਤੇ ਚਾਰ ਪੱਤੇ ਇਧਰ ਨੂੰ ਕਰਕੇ ਉਧਰ ਨੂੰ ਕਰਕੇ ਅਸੀਂ ਆਪਣੀ ਜਾਂਚ ਡਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸਲੀਅਤ ਬਹੁਤ ਡੂੰਗੀ ਹੈ ਗੰਭੀਰ ਹੈ ਸਾਨੂੰ ਸਥਿਤੀ ਸਮਝਣੀ ਪੈਗੀ ਗੁਰਜੀਤ ਸਿੰਘ ਔਇਲਾ ਨੇ ਆਵਾਜ਼ ਉਠਾਈ ਹੈ ਪੋਲੀਟੀਕਲੀ ਮੋਟੀਵੇਟਡ ਆਵਾਜ਼ ਨਾ ਉਠਾ ਹੋਵੇ ਉਠਾਈ ਹੋਵੇ ਇਹ ਮੈਂ ਅਰਦਾਸ ਕਰਦਾ ਸਾਰੇ ਸੀਰੀਅਸ ਹੋਣ ਜੇ ਬਚਾਉਣਾ ਹੈ ਪੰਜਾਬ ਦਾ ਪਾਣੀ ਤੇ ਸਾਰੇ ਇਕੱਠੇ ਹੋਣ ਜੇ ਫੈਕਟਰੀਆਂ ਲੱਗਣੀਆਂ ਵੀ ਨੇ ਰੋਜ਼ਗਾਰ ਪੈਦਾ ਵੀ ਹੋ ਰਿਹਾ ਕਿਸਾਨਾਂ ਨੂੰ ਵੀ ਫਾਇਦਾ ਹੁੰਦਾ ਪਰ ਉਸ ਫੈਕਟਰੀ ਨੂੰ ਜਵਾਬਦੇਹ ਬਣਾਇਆ ਜਾਵੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਧਾਰਨਾਵਾਂ ਹੋਣਗੀਆਂ ਜੇ ਅਸੀਂ ਕੱਢਣ ਲੱਗੀਏ ਤੇ ਪਤਾ ਨਹੀਂ ਕੀ ਕੁਝ ਨਿਕਲਣਾ ਹੈ ਤੇ ਕਿਸ ਨੇ ਆਪਣੀ ਜ਼ਿੰਮੇਵਾਰੀ ਅਜੇ ਤੱਕ ਨਹੀਂ ਸੰਭੀ ਸਭ ਕੋਈ ਨਿਕਲ ਕੇ ਸਾਹਮਣੇ ਆਵੇਗਾ ਪਰ ਪੰਜਾਬ ਦੇ ਪਾਣੀਆਂ ਦਾ ਫਿਕਰ ਹੋਣਾ ਚਾਹੀਦਾ ਕੁਲਦੀਪ ਜੀ ਤੁਸੀਂ ਬੜੀ ਲਾਹੇਵੰਦ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਪਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਖਤਮ ਹੁੰਦਾ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਕੱਲ ਨੂੰ ਫਿਰ ਇਸੇ ਵੇਲੇ ਨਵੇਂ ਮੁੱਦਿਆਂ ਦੇ ਨਾਲ ਹਾਜ਼ਰੀ ਭਰਾਂਗੇ ਤਦ ਤੱਕ ਲਈ ਤੁਸੀਂ ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ ਉਮੀਦ ਤੁਹਾਡੀ ਕੋਸ਼ਿਸ਼ ਸਾਡੀ